ਇਹ ਨੀਂਦ ਨਾ ਚੰਗੀ ਆਉਣ ਦੇ ਕਿੰਨੇ ਕੁ ਕਾਰਨ ਨੇ ਤੇ ਕਿਉਂ ਨਹੀਂ ਆਉਂਦੀ ਸਹੀ ਤਰੀਕੇ? ਜਿਨ੍ਹਾਂ ਨੇ ਕਿਸੇ ਦੀਆਂ ਨੀਂਦਾਂ ਉਡਾਈਆਂ ਹੁੰਦੀਆਂ ਨਾ, ਉਹਨਾਂ ਨੂੰ ਆਪ ਨੂੰ ਨੀਂਦਾਂ ਕਿਵੇਂ ਆ ਸਕਦੀ? ਬਿਮਾਰੀ ਰੱਬ ਦੀ ਨਾਰਾਜ਼ਗੀ ਦਾ ਨਾਮ। ਜੇ ਇੱਕ ਆਮ ਇਨਸਾਨ ਆ, ਕਿੰਨਾ ਕੁ ਚਿਰ ਸੌਣਾ ਜ਼ਰੂਰੀ ਆ? ਸਮੇਂ ਨਾਲ ਸੌਂ ਕੇ ਅਤੇ ਸਮੇਂ ਨਾਲ ਉੱਠਣ ਨੂੰ ਕਿਉਂ ਤਰਜੀਹ ਦਿੱਤੀ ਜਾਂਦੀ ਹੈ? ਚਾਹ, ਕੌਫੀ, ਚਾਹ ਮਸਾਲਾ, ਲਾਲ ਮਿਰਚਾਂ, ਹਰੀਆਂ ਮਿਰਚਾਂ, ਅਚਾਰ, ਇਹ ਖਾਣ ਵਾਲੇ ਦੀ ਨੀਂਦ ਡਿਸਟਰਬ ਹੋਈ, ਇਹ ਨਾ ਖਾਓ। ਡਾਕਟਰ ਸਾਹਿਬ, ਪੀਏ ਦੀ ਗੋਲੀ ਖਾਂਦੇ ਆ ਸੌਣ ਲੱਗਿਆਂ, ਉਹ ਕਿੰਨੀ ਕੁ ਖਤਰਨਾਕ ਆ ਨੀਂਦ ਵਾਲੀ ਗੋਲੀ? ਜਦੋਂ ਸੌਣ ਲੱਗਿਆ ਨਾ, ਸਾਰੀ ਦੁਨੀਆ ਦੇ ਜਿੰਨੇ ਲੋਕ ਆ ਉਹਨਾਂ ਨੂੰ ਮਾਫ ਕਰਕੇ ਸੌਣ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਅਤੇ ਮੈਂ ਜੋਗਰਾਜ ਸਿੰਘ ਕਾਲੋਂ। ਪ੍ਰਾਈਮ ਹੈਲਥ ਪ੍ਰੋਗਰਾਮ 'ਚ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀਆਂ ਨੂੰ। ਪ੍ਰੋਗਰਾਮ 'ਚ ਸਾਡੇ ਨਾਲ ਡਾਕਟਰ ਮੁਰਤਜ਼ਾ ਨੇ, ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਅੱਜ ਨੀਂਦ ਦੇ ਉੱਤੇ ਅੱਜ ਦੀ ਗੱਲਬਾਤ ਕਰਨੀ ਹੈ ਕਿ ਭਈ ਨੀਂਦ ਕਿਉਂ ਨਹੀਂ ਆਉਂਦੀ? ਜੇ ਕਿਸੇ ਨੂੰ ਸਮੇਂ ਨਾਲ ਨਹੀਂ ਆਉਂਦੀ ਤਾਂ ਜੇ ਕਿਸੇ ਨੂੰ ਲੋੜ ਤੋਂ ਜ਼ਿਆਦਾ ਆਉਂਦੀ ਹੈ ਤਾਂ ਉਹ ਕਿਉਂ ਨਹੀਂ ਆਉਂਦੀ? ਸਹੀ ਨੀਂਦ ਕੀ ਹੁੰਦੀ ਹੈ, ਖਰਾਬ ਨੀਂਦ ਕੀ ਹੁੰਦੀ ਆ? ਸੋ ਅੱਜ ਨੀਂਦ ਦੇ ਨਾਲ ਸੰਬੰਧਿਤ ਸਾਡੀ ਰੋਜ਼ ਦੀ, ਦੇਖੋ ਸਾਰੀ ਦਿਨ ਦੀਆਂ ਕਿਰਿਆਵਾਂ ਦੇ ਵਿੱਚੋਂ ਨੀਂਦ ਕਿੰਨਾ ਇੱਕ ਇੰਪੋਰਟੈਂਟ ਸਥਾਨ ਪਲੇ ਕਰਦੀ ਆ। ਨਾ ਸੁੱਤੇ ਹੋਈਏ ਤਾਂ ਕੁਛ ਵੀ ਚੰਗਾ ਨਹੀਂ ਲੱਗਦਾ, ਅਤੇ ਜਦੋਂ ਨੀਂਦ ਆਉਂਦੀ ਹੋਏ ਤਾਂ ਉਦੋਂ ਬੰਦਾ ਕਿਸ ਲੈਵਲ ਤੱਕ ਏਰੀ ਚਲਾ ਜਾਂਦਾ। ਸੋ ਨੀਂਦ ਇਰਦ ਗਿਰਦ ਰਹਿ ਕੇ ਅੱਜ ਦੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਤੁਹਾਡਾ ਜੀਆਂ ਨੂੰ। ਤੁਹਾਡਾ ਵੀ ਜੀ ਆਇਆ। ਕੀ ਹਾਲ ਚਾਲ ਡਾਕਟਰ ਸਾਹਿਬ? ਮੈਂ ਬਿਲਕੁਲ ਠੀਕ। ਨੀਂਦ ਵਧੀਆ ਆਈ ਸੀ ਰਾਤ ਨੂੰ? ਹਾਂਜੀ, ਮੈਨੂੰ ਤਾਂ ਐਸੀ ਨੀਂਦਾਂ ਦੀ ਉੱਠਣ ਨੂੰ ਦਿਲ ਨਹੀਂ ਕਰਦਾ। ਅੱਛਾ, ਇੱਦਾਂ ਦੀ ਨੀਂਦ ਵੀ ਆਉਂਦੀ ਹੈ? 8 ਘੰਟੇ ਦੀ ਨੀਂਦ, ਇੰਨੀ ਡੀਪ ਨੀਂਦ ਆਉਂਦੀ ਹੈ ਕਿ ਸਵੇਰ ਧੱਕਾ ਕਰਕੇ ਉੱਠਣਾ ਪੈਂਦਾ। ਘੋੜੇ ਵੇਚ ਕੇ ਸੌਣਾ ਜਿਹਨੂੰ ਕਹਿੰਦੇ? ਨਹੀਂ, ਬਗੈਰ ਵਿੱਚ ਉਹ ਵੀ ਆ ਜਾਂਦਾ। ਕਿੰਨੀ ਵਾਰੀ ਹੋ ਗਿਆ, ਕਿੰਨੀ ਵਾਰੀ ਹੋ ਗਿਆ ਜਦੋਂ ਤੁਸੀਂ ਬੈਠੇ ਹੋ 10-15 ਵਾਰੀ ਹੋ ਗਿਆ। ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਸੀਂ ਕਈ ਵਾਰੀ ਹਸਾ ਦਿੰਦੇ ਹੋ ਨਾ, ਉਹ ਕਈ ਵਾਰੀ ਗਿਣਿਆ ਨਹੀਂ ਜਾਂਦਾ। ਅੱਛਾ, ਚਲੋ। ਅੱਛਾ ਡਾਕਟਰ ਸਾਹਿਬ, ਅੱਜ ਨੀਂਦ ਦੇ ਨਾਲ ਹੀ ਗੱਲ ਕਰਨੀ ਆ। ਹਾਂਜੀ, ਮੈਂ ਜੇ ਗੱਲ ਕਰਾਂ, ਮੈਨੂੰ ਤਾਂ ਬਹੁਤ ਨੀਂਦ ਆਉਂਦੀ ਆ, ਪਰ ਨਾਲ ਦੀ ਨਾਲ ਹੀ ਇੱਦਾਂ ਦੇ ਲੋਕ ਵੀ ਨੇ ਜਿਹੜੇ ਕਹਿੰਦੇ ਵੀ ਅਸੀਂ ਰਾਤੀ ਸੌਂਜੀ ਦਾ ਸਾਡੇ 2 ਘੰਟੇ ਪਾਸੇ ਮਾਰਦੇ ਲੰਘ ਜਾਂਦੇ, ਨੀਂਦ ਹੀ ਨਹੀਂ ਆਉਂਦੀ। ਜਾਂ ਕੁਛ ਬੰਦਿਆਂ ਦੀ ਰੂਟੀਨ ਹੀ ਬਣ ਜਾਂਦੀ ਅਗਲੇ ਦਿਨ ਕਹਿਣਾ ਵੀ ਰਾਤੀ ਨੀਂਦ ਨਹੀਂ ਚੰਗੀ ਆਈ। ਇਹ ਨੀਂਦ ਨਾ ਚੰਗੀ ਆਉਣ ਦੇ ਕਿੰਨੇ ਕੁ ਕਾਰਨ ਨੇ ਅਤੇ ਕਿਉਂ ਨਹੀਂ ਆਉਂਦੀ ਸਹੀ ਤਰੀਕੇ ਨਾਲ? ਸਪਿਰਚੁਅਲ ਗੱਲ ਦੱਸਾਂ ਕਿ ਦੁਨਿਆਵੀ ਗੱਲ ਦੱਸਾਂ? ਨਹੀਂ, ਆਪਾਂ ਦੋਵੇਂ ਐਨ ਜੋੜ ਕੇ ਕਰਾਂਗੇ ਨਾਲ ਬਰਾਬਰ। ਪਹਿਲੇ ਸਪਿਰਚੁਅਲ ਦੱਸਦਾ, ਪਹਿਲੇ ਉੱਧਰੋਂ ਆਉਣ ਦਿਓ, ਧਾਰਮਿਕ ਪਾਸਿਓਂ ਪਹਿਲਾਂ। ਜਿਨ੍ਹਾਂ ਨੇ ਕਿਸੇ ਦੀਆਂ ਨੀਂਦਾਂ ਉਡਾਈਆਂ ਹੁੰਦੀਆਂ ਨਾ, ਉਹਨਾਂ ਨੂੰ ਆਪ ਨੂੰ ਨੀਂਦਾਂ ਕਿਵੇਂ ਆ ਸਕਦੀ? ਇੱਥੇ ਰੱਖ। ਉਹ ਕੀ ਕਹਿੰਦੇ ਨੇ ਕਿ ਜਿਹੜੀ ਨੀਂਦ ਹੈ ਨਾ, ਇਹਦਾ ਤਲਕ ਸਕੂਨ ਨਾਲ ਹੈ। ਅਤੇ ਸਕੂਨ ਦਾ ਤਲਕ ਹੈ ਦੂਸਰਿਆਂ ਨੂੰ ਜਿੰਨਾ ਤੁਸੀਂ ਸਕੂਨ 'ਚ ਰੱਖਿਆ ਹੋਇਆ। ਕਿਆ ਵਾ, ਜੇ ਤੁਸੀਂ ਦੂਸਰਿਆਂ ਨੂੰ ਬੇਸਕੂਨੀ ਦੇ ਰਹੇ ਹੋ, ਹਰ ਵਕਤ ਕੋਈ ਟੈਨਸ਼ਨ ਦੇ ਰਹੇ ਹੋ, ਕੋਈ ਨੈਗੇਟਿਵ ਰਹਿੰਦੇ ਹੋ ਹਰ ਵਕਤ, ਦੂਸਰਿਆਂ ਦੇ ਉਹ ਲੱਭਦੇ ਰਹਿੰਦੇ ਹੋ, ਉਹਨਾਂ ਦੀਆਂ ਨੈਗੇਟਿਵ ਚੀਜ਼ਾਂ, ਉਹਨਾਂ ਦੇ ਨੁਕਸ ਲੱਭਦੇ ਰਹਿੰਦੇ ਹੋ, ਅਤੇ ਤੁਹਾਨੂੰ ਕਿਵੇਂ ਸਕੂਨ ਆ ਸਕਦਾ? ਅਤੇ ਜੇ ਤੁਹਾਨੂੰ ਸਕੂਨ ਨਹੀਂ ਹੈ ਤਾਂ ਤੁਹਾਨੂੰ ਨੀਂਦ ਕਿਵੇਂ ਆ ਸਕਦੀ ਹੈ? ਉਹ ਕੀ ਕਹਿੰਦੇ, ਡੀਪ ਸਲੀਪ ਲਈ, ਗੂੜੀ ਨੀਂਦ ਲਈ ਸਾਰਾ ਦਿਨ ਇਮਾਨਦਾਰੀ ਨਾਲ ਕੰਮ ਕਰਨਾ ਪੈਂਦਾ, ਫਿਰ ਜਾ ਕੇ ਆਉਂਦੀ ਹੈ। ਹਾਂ, ਤੁਸੀਂ ਤਾਂ ਬੜੇ ਸਸਤੇ ਭਾਅ ਗੱਲ ਮੰਗਾਤੀ, ਮਤਲਬ ਕੋਈ ਦਵਾਈਆਂ, ਕੋਈ ਇਲਾਜ, ਕਿਸੇ ਚੀਜ਼ ਦੀ ਲੋੜ ਨਹੀਂ। ਜਿਹਨੂੰ ਨੀਂਦ ਨਹੀਂ ਆਉਂਦੀ, ਉਹ ਆਪਣੇ ਆਪ ਨੂੰ ਇੱਥੋਂ ਕੰਨ ਤੋਂ ਫੜ ਲਵੇ ਅਤੇ ਆਪਣਾ ਪੂਰਾ ਸਾਰੇ ਦਿਨ ਦਾ ਕੈਲਕੂਲੇਸ਼ਨ ਕਰੇ, ਇਹਤਸਾਬ ਕਰੇ ਆਪਣਾ। ਤੁਸੀਂ ਇਹਤਸਾਬ ਨੂੰ ਕੀ ਕਹਿੰਦੇ? ਹਿਸਾਬ। ਹਿਸਾਬ ਕਰੇ ਆਪਣਾ, ਜੋੜ ਲਾਏ ਆਪਣਾ, ਹਿਸਾਬ ਕਰੇ ਕਿ ਮੈਂ ਕਿੱਥੇ ਕਿੱਥੇ ਅੱਜ ਰੋਂਗ ਸੀ, ਕਿਹਨੂੰ ਕਿਹਨੂੰ ਮੈਂ ਅੱਜ ਬੁਰਾ ਬੋਲਿਆ, ਕਿਹਦਾ ਮੈਂ ਅੱਜ ਨੈਗੇਟਿਵ ਸੋਚਿਆ, ਕਿਹਦੇ ਨਾਲ ਨੈਗੇਟਿਵ ਗੱਲ ਕੀਤੀ। ਇੱਕ ਆਮ ਕਹਾਵਤ ਆ ਨਾ, ਕਹਿੰਦੇ ਵੀ ਜਦੋਂ ਕੋਈ ਕਿਸੇ ਦਾ ਮਾੜਾ ਕਰਦਾ ਨਾ, ਕਈ ਵਾਰੀ ਉਹਨੂੰ ਦੂਜੇ ਫਟਕਾਰ ਪਾਉਣਗੇ, ਉਹ ਤੈਨੂੰ ਆਹ ਕੰਮ ਕਰਕੇ ਨੀਂਦ ਕਿੱਦਾਂ ਆਉਂਦੀ ਰਾਤ ਨੂੰ, ਹੈ ਨਾ? ਉਹ ਮਤਲਬ ਗੱਲ ਢੁੱਕਦੀ ਆ ਵੀ ਅਸੀਂ ਦਿਨ ਦੀਆਂ ਕਿਰਿਆਵਾਂ ਦੇ ਵਿੱਚ ਕੀਤਾ ਕੀ, ਸਾਡੇ ਹੱਥਾਂ ਨੇ ਕੀ ਕੀਤਾ ਸਾਰਾ ਦਿਨ, ਸਾਡੇ ਮੂੰਹ ਨੇ ਕਿਹਨੂੰ ਮਾੜਾ ਬੋਲਿਆ, ਕਿਹਨੂੰ ਚੰਗਾ ਬੋਲਿਆ, ਉਹਦਾ ਅਸਰ ਅੱਖਾਂ 'ਤੇ ਪੈਣਾ ਹੀ ਪੈਣਾ। ਅੱਛੀ ਨੀਂਦ ਲਈ ਫਿਰ ਉਹੀ ਗੱਲ, ਸਾਰਾ ਦਿਨ ਇਮਾਨਦਾਰੀ ਨਾਲ ਕੰਮ ਕਰਨਾ ਪੈਂਦਾ ਅਤੇ ਬੇਈਮਾਨਾਂ ਨੂੰ ਨੀਂਦ ਨਹੀਂ ਆਉਂਦੀ।
ਹੁਣ ਮੈਂ ਉਹਨਾਂ ਲੋਕਾਂ ਨੂੰ ਨਹੀਂ ਕਹਿ ਰਿਹਾ ਜਿਨ੍ਹਾਂ ਨੂੰ ਮੈਡੀਕਲ ਰੀਜ਼ਨ ਤਾਂ ਨਹੀਂ ਆਉਂਦੀ, ਉਹਨਾਂ ਵਿੱਚ ਇਹਦੇ 'ਚ ਆਪਣੇ ਆਪ ਨੂੰ ਸ਼ਾਮਿਲ ਕਰ ਲੈਣ, ਲੇਕਿਨ ਅਸੀਂ ਪਹਿਲਾਂ ਆਪਣੇ ਆਪ ਨੂੰ ਅੰਦਰੋਂ ਖੋਲ੍ਹੀਏ, ਅੰਦਰੋਂ ਇੰਜ ਕਰਕੇ ਖੋਲ੍ਹ ਕੇ ਅਤੇ ਆਪ ਪੜ੍ਹੀਏ ਕਿ ਮੈਂ ਕਿੱਥੇ ਕਿੱਥੇ ਗਲਤ ਹਾਂ, ਕਿਹਦੇ ਕਿਹਦੇ ਨਾਲ ਅੱਜ ਮੈਂ ਗਲਤ ਸੀ, ਕਿਆ ਮੈਂ ਅੱਜ ਕੋਈ ਚੰਗਾ ਕੰਮ ਵੀ ਕੀਤਾ, ਅਤੇ ਜੇ ਨਹੀਂ ਕੀਤਾ ਤਾਂ ਫਿਰ ਨੀਂਦ ਕਿਵੇਂ ਆਉਣੀ, ਤਾਂ ਫਿਰ ਨੀਂਦ ਆ ਗਈ ਤਾਂ ਉਹ ਉਧਾਰ ਦੀ ਨੀਂਦ ਹੈ, ਉਹ ਕੱਲ੍ਹ ਚਲੇ ਜਾਣੀ ਆ। ਜਿੰਨੀ ਦੇਰ ਤੱਕ ਤੁਸੀਂ ਆਪਣੇ ਅੰਦਰ ਨੂੰ, ਉਹ ਕੀ ਕਹਿੰਦੇ ਭਾਂਡੇ ਨੂੰ ਬਾਹਰ ਨਾਲੋਂ ਅੰਦਰੋਂ ਜ਼ਿਆਦਾ ਧੋਵੋ, ਅੰਦਰੋਂ ਜ਼ਿਆਦਾ ਧੋ ਕੇ ਅਤੇ ਓਨਾ ਹੀ ਬਾਹਰੋਂ ਸਾਫ਼ ਰੱਖੋ। ਇਹ ਗੱਲ ਤੁਹਾਡੀ ਠੀਕ ਆ, ਹੁੰਦਾ ਕੋਈ ਨਾ ਕੋਈ ਸਾਡਾ ਗਲਤ ਫੈਸਲਾ ਹੀ ਆ, ਚਾਹੇ ਜਿਹੜੀ ਤੁਸੀਂ ਇੱਕ ਗੱਲ ਕੀਤੀ ਵੀ ਅੱਜ ਕਿਹਦੇ ਨਾਲ ਚੰਗਾ ਕੀਤਾ ਜਾਂ ਬੁਰਾ ਕੀਤਾ, ਕਈ ਵਾਰੀ ਕਈ ਕਾਰੋਬਾਰੀਆਂ ਨੂੰ ਜਾਂ ਕਈ ਟੈਨਸ਼ਨਾਂ ਜ਼ਿੰਦਗੀ 'ਚ ਅਜਿਹੀਆਂ ਹੁੰਦੀਆਂ ਨੇ ਪਰਿਵਾਰ ਨੂੰ ਲੈ ਕੇ ਜਿਹੜੇ ਨੀਂਦ ਨਹੀਂ ਆਉਣ ਦਿੰਦੀਆਂ, ਪਰ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਸਾਡਾ ਕੋਈ ਗਲਤ ਫੈਸਲਾ ਕਿਤੇ ਹੋਇਆ ਹੋਊਗਾ ਸਾਡੇ ਕੋਲੋਂ, ਚਾਹੇ ਅਸੀਂ ਲੋੜ ਤੋਂ ਵੱਧ ਕਿਤੇ ਛਾਲ ਮਾਰ ਲਈ ਹੋਊਗੀ। ਅਸੀਂ ਘਰ ਅਫੋਰਡ ਕਰਦੇ ਸੀਗੇ ਇੱਕ ਮੰਨ ਲਓ $5,00,000 ਦਾ, ਅਤੇ ਅਸੀਂ ਉਹ ਮਿਲੀਅਨ ਵਾਲਾ ਲੈ ਲਿਆ ਹੋਊਗਾ, ਮਤਲਬ ਸਾਡਾ ਅਸੀਂ ਕੀਤਾ ਤਾਂ ਚੰਗੇ ਵਾਸਤੇ ਵੀ ਬੱਚਿਆਂ ਦਾ ਭਲਾ ਹੋਊਗਾ, ਪਰ ਉਸ ਭਲੇ ਨੇ ਸਾਡਾ ਚੈਨ ਗਵਾਤਾ, ਨੀਂਦ ਗਵਾਤੀ, ਕਈ ਵਾਰੀ ਉਹੋ ਜਿਹੀ ਚੀਜ਼ ਵੀ ਸਾਨੂੰ ਨੀਂਦ ਨਹੀਂ ਆਉਂਦੀ ਤੀ, ਫੈਸਲਾ ਤਾਂ ਸਾਡਾ ਹੀ ਗਲਤ ਸੀ ਨਾ, ਵੀ ਅਸੀਂ ਜਦੋਂ ਅਫੋਰਡ $5,00,000 ਵਾਲਾ ਕਰਦੇ ਸੀ ਫਿਰ ਅਸੀਂ ਮਿਲੀਅਨ ਵਾਲਾ ਕਿਉਂ ਲਿਆ, ਜੇ ਅਸੀਂ ਲੈ ਲਿਆ ਹੁਣ ਲੈ ਤਾਂ ਲਿਆ ਪਰ ਉਹਦੇ ਵਿੱਚ ਨੀਂਦ ਨਹੀਂ ਆ ਰਹੀ। ਸੋ ਮਤਲਬ ਗਲਤੀ ਕਿਤੇ ਨਾ ਕਿਤੇ ਆਪਣੇ ਕੋਲ ਹੁੰਦੀ ਆ, ਜਦੋਂ ਬੰਦਾ ਬਹਿ ਕੇ ਠੰਡਾ ਪਾਣੀ ਪੀ ਕੇ ਸੋਚਦਾ ਉਹਦਾ। ਫਿਰ ਹੁਣ ਜੇ ਮੈਡੀਕਲ ਚੀਜ਼ ਦੇਖੀਏ, ਕਿਉਂਕਿ ਅਸਲ 'ਚ ਗੱਲ ਤਾਂ ਇਹ ਹੁੰਦੀ ਹੈ ਡਾਕਟਰ ਸਾਹਿਬ ਵੀ ਉਹਨੇ ਘਰ ਆਪਣੀ ਲੋੜ ਤੋਂ ਵੱਧ ਵੱਡਾ ਲੈ ਲਿਆ ਜਾਂ ਖਰਚਾ ਆਪਣੀ ਲੋੜ ਤੋਂ ਵੱਡਾ ਕਰ ਲਿਆ ਜਾਂ ਕੋਈ ਸਰੀਰਕ ਪਰਿਵਾਰਕ ਤੰਗੀ ਆ ਗਈ, ਹੁਣ ਮੈਡੀਕਲੀ ਉਸ ਚੀਜ਼ ਨੂੰ ਬੰਦਾ ਕਿੱਦਾਂ ਫਿੱਟ ਕਰੇ ਫਿਰ? ਜਦੋਂ ਆਪਾਂ ਸਪਿਰਚੁਐਲਿਟੀ ਤੋਂ ਬਾਹਰ ਨਿਕਲਦੇ ਆ ਨਾ, ਦੁਨੀਆਂ ਦੀ ਸਾਰੀ ਮੈਡੀਸਨਸ ਉਦੋਂ ਚਾਹੀਦੀਆਂ ਹੁੰਦੀਆਂ ਜਦੋਂ ਤੁਸੀਂ ਸਪਿਰਚੁਐਲਿਟੀ ਤੋਂ ਦੂਰ ਹੋ ਜਾਂਦੇ ਹੋ, ਜਦੋਂ ਤੁਸੀਂ ਰੂਹਾਨੀਅਤ ਤੋਂ ਦੂਰ ਹੋ ਜਾਂਦੇ ਹੋ, ਬਿਮਾਰੀਆਂ ਵੀ ਉਦੋਂ ਹੀ ਫੜਦੀਆਂ ਨੇ ਤੁਹਾਨੂੰ। ਰੂਹਾਨੀਅਤ ਦੇ, ਸਪਿਰਚੁਐਲਿਟੀ ਦੇ, ਨੇਚਰ ਦੇ ਜਿੰਨਾ ਨੇੜੇ ਰਹੋਗੇ ਉਨੀਆਂ ਬਿਮਾਰੀਆਂ ਦੂਰ ਰਹਿਣਗੀਆਂ। ਜਦੋਂ ਤੁਸੀਂ ਇਸ ਦੁਨੀਆਂ 'ਚੋਂ ਬਾਹਰ ਨਿਕਲਣਾ ਨਾ, ਉਦੋਂ ਤੁਹਾਨੂੰ ਬਾਹਰ ਵਾਲੀ ਦੁਨੀਆਂ ਨੇ ਫੜ ਲੈਣਾ, ਅਤੇ ਉੱਥੇ ਹੀ ਬਿਮਾਰੀਆਂ ਪਈਆਂ ਨੇ। ਇਸ ਦੁਨੀਆਂ 'ਚ ਤਾਂ ਬਿਮਾਰੀਆਂ ਹੈ ਹੀ ਨਹੀਂ, ਬਿਮਾਰੀ ਰੱਬ ਦੀ ਨਾਰਾਜ਼ਗੀ ਦਾ ਨਾਮ ਹੈ। ਜਦੋਂ ਰੱਬ ਤੁਹਾਡੇ ਤੋਂ ਖੁਸ਼ ਨਹੀਂ ਹੈ ਨਾ, ਉਦੋਂ ਤੁਹਾਨੂੰ ਤੁਨਕਾ ਮਾਰਦਾ, ਕਿਸੇ ਨੂੰ ਤੁਨਕਾ ਮਾਰਦਾ ਬੁਖਾਰ ਚੜ੍ਹਾ ਕੇ, ਕਿਸੇ ਨੂੰ ਤੁਨਕਾ ਮਾਰਦਾ ਕਿ ਵਾਪਸ ਆ ਜਾ ਮੇਰੇ ਵੱਲ ਆ ਜਾ, ਕਿਸੇ ਨੂੰ ਤੁਨਕਾ ਮਾਰਦਾ ਛੋਟੀ ਜਿਹੀ ਕੋਈ ਗੋਲੀ ਮਾਰ ਕੇ, ਐਕਸੀਡੈਂਟ ਹੋ ਗਿਆ, ਸੱਟ ਲੱਗ ਗਈ, ਦਸਾਂ ਵੀਹਾਂ ਦਿਨਾਂ ਤੱਕ ਤਕਲੀਫ 'ਚ ਰਿਹਾ, ਇਹ ਮੇਰੇ ਵੱਲ ਆਉਂਦਾ ਵਾਪਸ ਕਿ ਨਹੀਂ ਆਉਂਦਾ, ਮੰਜੇ 'ਤੇ ਪੈ ਤਾਂ ਸਮਾਂ ਸੋਚਣ ਨੂੰ ਦੇਤਾ, ਟਾਈਮ ਦੇਤਾ, ਕਿਸੇ ਨੂੰ ਤੁਲਕਾ ਮਾਰਦਾ ਜੇ ਥੋੜ੍ਹਾ ਜਿਹਾ ਹੋਰ ਵੱਡਾ ਤੁਨਕਾ ਮਾਰਨਾ ਅਤੇ ਉਹ ਲੱਤ ਤੋੜਤੀ ਉਹਦੀ ਐਕਸੀਡੈਂਟ 'ਚ, ਬਾਂਹ ਤੋੜਤੀ, ਕਿਸੇ ਨੂੰ ਹੋਰ ਵੱਡਾ ਤੁਨਕਾ ਮਾਰਨਾ ਅਤੇ ਉਹਦਾ ਬੱਚਾ ਬਿਮਾਰ ਕਰਤਾ, ਬੱਚੇ ਨੂੰ ਕੋਈ ਐਸੀ ਬਿਮਾਰੀ ਲਾਤੀ ਜਿਹਦਾ ਇਲਾਜ ਨਹੀਂ ਹੋ ਪਾ ਰਿਹਾ, ਵਾਪਸ ਆ ਰਿਹਾ ਕਿ ਨਹੀਂ ਆਉਂਦਾ ਮੇਰੇ ਕੋਲ, ਕਿਸੇ ਨੂੰ ਉਸ ਤੋਂ ਵੱਡਾ ਤੁਨਕਾ ਮਾਰਨਾ ਅਤੇ ਕੋਈ ਵੱਡਾ ਰੌਲਾ ਪਾਤਾ ਉਹਨੂੰ, ਉਸ ਤੋਂ ਵੱਡਾ ਮਾਰਨਾ ਹਲੇ ਵੀ ਨਹੀਂ ਵਾਪਸ ਆ ਰਿਹਾ, ਪਹਿਲਾਂ ਛੋਟੇ ਤੋਂ ਸ਼ੁਰੂ ਕੀਤਾ ਬੁਖਾਰ ਤੋਂ, ਹਲੇ ਵੀ ਨਹੀਂ ਆ ਰਿਹਾ, ਉਸ ਤੋਂ ਵੱਡਾ ਲਾਤਾ, ਕੋਈ ਆਪਣਾ ਕਰੀਬੀ ਵਾਪਸ ਬੁਲਾ ਲਿਆ ਆਪਣੇ ਕੋਲ, ਉਸ ਤੋਂ ਵੱਡਾ ਮਾਰਨਾ ਤਾਂ ਫਿਰ ਇਹਦੀ ਵਾਰੀ ਹੈ ਆਪਣੀ ਵਾਰੀ। ਤੁਹਾਨੂੰ ਯਾਦ ਹੈ ਤੁਸੀਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਅਸੀਂ, ਤੁਸੀਂ ਅਤੇ ਮੈਨੂੰ ਯਾਦ ਹੈ ਇੱਕ ਦਫ਼ਾ ਅਸੀਂ ਬੈਕ ਬੈਂਚਰ ਸੀਗੇ, ਨਲਾਇਕ ਸਟੂਡੈਂਟ ਸੀ, ਨਲਾਇਕ ਮਤਲਬ ਇਸ ਤਰ੍ਹਾਂ ਕਿ ਆਖਰੀ ਮਹੀਨਾ ਕੁ ਪੜ੍ਹ ਕੇ ਤਾਂ ਟੌਪ ਕਰ ਜਾਂਦੇ ਸੀ, ਮੈਂ ਪੂਰਾ ਸਾਲ ਪੜ੍ਹਨਾ ਨਹੀਂ ਅਤੇ ਆਖਰੀ ਮਹੀਨਾ ਡੇਢ ਅੱਖਾਂ ਬੰਦ ਕਰਕੇ ਲੱਗ ਜਾਣਾ ਬਸ, ਫਿਰ ਨਹੀਂ ਰੁਕਣਾ, ਅੱਖਾਂ ਖੋਲ੍ਹ ਕੇ ਦਿਮਾਗ ਇੱਧਰੋਂ ਉੱਧਰੋਂ ਬੰਦ ਕਰਕੇ, ਅਤੇ ਉਹ ਜਿਹੜਾ ਪੂਰਾ ਸਾਲ ਸ਼ਰਾਰਤਾਂ ਕਰਦੇ ਸੀ ਉਹ ਪਿਛਲੇ ਬੈਂਚ 'ਤੇ ਬਹਿ ਕੇ ਕਰਦੇ ਸੀ ਆਖਰੀ, ਅਤੇ ਉਹ ਬੈਂਚ ਕਲਾਸਰੂਮ ਦਾ ਇੰਜ ਹੁੰਦਾ, ਇੰਜ ਉੱਚਾ ਹੁੰਦਾ ਜਾਂਦਾ, ਆਖਰੀ ਬੈਂਚ 'ਤੇ ਬੈਠੇ ਹੁਣ, ਇੱਕ ਦਿਨ ਉਹਨਾਂ ਨਾਲ ਫੈਸਲਾ ਕੀਤਾ ਕਿ ਯਾਰ ਤੁਸੀਂ ਤਾਂ ਸਾਰੇ ਨਲਾਇਕ ਹੋ ਅਤੇ ਮੈਨੂੰ ਵੀ ਨਲਾਇਕ ਕਰ ਦਿੱਤਾ, ਅਤੇ ਮੈਂ ਹੁਣ ਅੱਜ ਫਰੰਟ ਸੀਟ 'ਤੇ ਬਹਿ ਕੇ ਇਹਨਾਂ 'ਤੇ ਬਸ ਸਾਰਾ ਲੈਕਚਰ ਸੁਣਨਾ, ਕੈਮਿਸਟਰੀ ਦੀ ਕਲਾਸ ਸੀ, ਮੈਂ ਉੱਠਿਆ ਕਿਤਾਬਾਂ ਚੁੱਕੀਆਂ ਫਰੰਟ ਸੀਟ 'ਤੇ ਜਾ ਕੇ ਪਹਿਲੇ 'ਤੇ ਬੈਠ ਗਿਆ, ਉਹਨਾਂ ਨੇ ਕੀ ਕੀਤਾ ਕਾਗਜ਼ ਇੰਜ ਤੋੜਿਆ ਉਹਦੀ ਗੋਲੀ ਬਣਾ ਕੇ ਮੈਨੂੰ ਮਾਰੀ, ਉਹ ਮੇਰੇ ਲੱਗੀ ਮਾੜੀ ਜੀ, ਮੈਂ ਹਲਕਾ ਜਿਹਾ ਪਿੱਛੇ ਮੁੜ ਕੇ ਵੇਖਿਆ, ਮੈਂ ਕਿਹਾ ਮੈਂ ਨਹੀਂ ਆਉਣਾ, ਮੈਂ ਕਿਹਾ ਆ ਜਾ ਵਾਪਸ, ਮੈਂ ਕਿਹਾ ਮੈਂ ਨਹੀਂ ਆਉਣਾ, ਥੋੜ੍ਹੀ ਕੁ ਦੇਰ ਬਾਅਦ ਉਹਨਾਂ ਨੇ ਨਾ ਚਾਕ ਦਾ ਟੋਟਾ ਮਾਰਿਆ, ਉਹ ਹਲਕਾ ਜਿਹਾ ਲੱਗਿਆ ਕਿਤੇ ਮੇਰੇ 'ਤੇ, ਮੈਂ ਕਿਹਾ ਮੈਂ ਨਹੀਂ ਆਉਣਾ, ਤੀਸਰੀ ਵਾਰੀ ਉਹਨੇ ਪੈਨਸਲ ਮਾਰੀ ਦੋਸਤਾਂ ਨੇ, ਚੌਥੀ ਵਾਰੀ ਜਦੋਂ ਮੈਂ ਬਾਜ਼ ਲੈਣਾ ਆਇਆ ਨਹੀਂ ਗਿਆ ਆਖਿਰਕਾਰ, ਉਹਨੇ ਇੱਕ ਨੇ ਨਾ ਕੈਮਿਸਟਰੀ ਦੀ ਕਿਤਾਬ ਹੀ ਮਾਰਤੀ ਮੈਨੂੰ, ਉਹ ਮੈਂ ਇੰਜ ਹੋਇਆ ਅਤੇ ਉਹ ਕਿਤਾਬ ਸਿੱਧੀ ਸਟੇਜ 'ਤੇ ਚਲੀ ਗਈ। ਰੱਬ ਵੀ ਤੁਹਾਨੂੰ ਇਸ ਤਰ੍ਹਾਂ ਹੀ ਆਵਾਜ਼ਾਂ ਮਾਰਦਾ, ਤੁਹਾਨੂੰ ਪਹਿਲੇ ਕਾਗਜ਼ ਦੀ ਗੋਲੀ ਮਾਰ ਕੇ ਦੇਖਦਾ, ਓਏ ਵਾਪਸ ਆ ਜਾ ਮੇਰੇ ਵੱਲ, ਤੇਰਾ ਅੰਤ ਅਖੀਰ ਮੇਰੇ ਕੋਲ ਹੀ ਆ, ਵਾਪਸ ਆ ਜਾ, ਤੁਸੀਂ ਕਾਗਜ਼ ਦੀ ਗੋਲੀ 'ਤੇ ਨਹੀਂ ਜਾਂਦੇ। ਫਿਰ ਉਹ ਝਾਕ ਮਾਰਦਾ, ਥੋੜ੍ਹੀ ਸੱਟ ਲੱਗਦੀ ਆ, ਓਏ ਆ ਜਾ ਵਾਪਸ, ਤੇਰਾ ਮੇਰੇ ਕੋਲ ਹੀ ਆ ਸਾਰਾ ਕੁਛ, ਉਹ ਝਾਕ 'ਤੇ ਵੀ ਵਾਪਸ ਨਹੀਂ ਜਾਂਦਾ। ਫਿਰ ਉਹ ਪੈਨਸਲ ਮਾਰਦਾ,
ਪੈਨਸਲ 'ਤੇ ਵਾਪਸ ਨਹੀਂ ਆਉਂਦਾ, ਫਿਰ ਉਹ ਕਿਤਾਬ ਮਾਰਦਾ ਅਤੇ ਫਿਰ ਸਾਰਿਆਂ ਦੇ ਸਾਹਮਣੇ ਗੱਲ ਖੁੱਲ੍ਹ ਜਾਂਦੀ, ਫਿਰ ਪਤਾ ਲੱਗ ਜਾਂਦਾ ਕਿ ਕਿਹਨੇ ਮਾਰੀ ਅਤੇ ਕਿਹਨੂੰ ਵੱਜੀ, ਅਤੇ ਉਸ ਤੋਂ ਪਹਿਲੇ ਪਹਿਲੇ ਵਾਪਸ ਚਲੇ ਜਾਈਏ ਅਤੇ ਨੀਂਦ ਸਕੂਨ 'ਚ ਹੋ ਜਾਏਗੀ। ਇਹ ਤਾਂ ਆਪਾਂ ਅੱਜ ਸਾਰੀ ਗੱਲ ਹੀ ਦੂਸਰੇ ਪਾਸੇ ਲੈ ਗਏ ਨਾ। ਨਹੀਂ ਨਹੀਂ, ਇਹ ਅਸਲ 'ਚ ਹੱਲ ਤਾਂ ਇਹ ਤੋਂ ਸਸਤਾ ਸੌਦਾ ਕੋਈ ਨਹੀਂ ਹੈਗਾ। ਜੇ ਕਹਿ ਲਓ ਵੀ ਸਾਰੀਆਂ ਦਵਾਈਆਂ ਤੋਂ ਬਚਣਾ, ਪਰਹੇਜ਼ਾਂ ਤੋਂ ਬਚਣਾ, ਇਲਾਜਾਂ ਤੋਂ ਬਚਣਾ, ਰੋਗਾਂ ਤੋਂ ਬਚਣਾ, ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪਰ ਆਪਾਂ ਜੇ ਵੈਸੇ ਇਹਨੂੰ ਅਵੇਅਰਨੈਸ ਦੇ ਤੌਰ 'ਤੇ ਜਾਂ ਇਨਫੋਰਮੇਸ਼ਨ ਦੇ ਤੌਰ 'ਤੇ ਡਾਕਟਰ ਸਾਹਿਬ ਗੱਲ ਕਰਨੀ ਹੋਏ, ਜੇ ਇੱਕ ਆਮ ਇਨਸਾਨ ਆ, ਕਿੰਨਾ ਕੁ ਚਿਰ ਸੌਣਾ ਜ਼ਰੂਰੀ ਹੈ, ਸਮੇਂ ਨਾਲ ਸੌਂ ਕੇ ਅਤੇ ਸਮੇਂ ਨਾਲ ਉੱਠਣ ਨੂੰ ਕਿਉਂ ਤਰਜੀਹ ਦਿੱਤੀ ਜਾਂਦੀ ਹੈ? ਅਰਲੀ ਟੂ ਬੈੱਡ ਅਰਲੀ ਟੂ ਰਾਈਜ਼ ਕਿਉਂ ਕਹਾਵਤ ਬਣੀ ਹੈ? ਮੇਕ ਸਮੇਂ ਹੈਲਦੀ ਵੈਲਦੀ ਐਂਡ ਵਾਈਸ। ਵੈਲਦੀ ਦਾ ਤਾਂ ਪਤਾ ਨਹੀਂ, ਵਾਈਸ ਜ਼ਰੂਰ ਕਰਦੀ ਹੈ, ਹੈਲਦੀ ਵੀ ਕਰਦੀ ਹੈ, ਵੈਲਦੀ ਵੀ ਕਰਦੀ ਆ। ਵੈਲਦੀ ਕਿਉਂ ਕਰਦੀ ਆ? ਤੁਸੀਂ ਗੌਰ ਕਰੋ, ਜਿਹੜੇ ਲੋਕ ਸੁਬਹਾ ਅਰਲੀ ਉੱਠਣ ਦੇ ਆਦਤ ਹੁੰਦੀ ਜਿਹਨਾਂ ਨੂੰ, ਉਹਨਾਂ ਦੇ ਪਿੱਛੇ ਪਿੱਛੇ ਦੌਲਤ ਆ ਜਾਂਦੀ ਹੈ, ਉਹਨਾਂ ਨੂੰ ਬਹਾਨੇ ਐਸੇ ਬਣ ਜਾਂਦੇ ਆ ਕਿ ਉਹ ਸੁਖੀ ਲਾਈਫ ਗੁਜ਼ਾਰਦੇ ਆ। ਕਿਉਂ? ਸੁਬਹਾ ਦੇ ਟਾਈਮ 'ਤੇ ਰੋਜ਼ੀ ਵੰਡੀ ਜਾ ਰਹੀ ਹੁੰਦੀ ਹੈ, ਜਿਹੜੇ ਸੁਬਹਾ ਦੇ ਟਾਈਮ 'ਤੇ ਸੁੱਤੇ ਹੁੰਦੇ ਆ ਨਾ, ਉਹਨਾਂ ਦੀ ਰੋਜ਼ੀ ਲੈ ਕੇ ਵਾਪਸ ਚਲੇ ਜਾਂਦੇ ਆ ਕਿ ਸੁੱਤਾ ਰਹਿ ਤੂੰ। ਜਿਹੜੇ ਸੁਬਹਾ ਦੇ ਟਾਈਮ ਉੱਠ ਕੇ ਕੰਮ ਕਰਾਂ 'ਤੇ ਚਲੇ ਜਾਂਦੇ ਆ, ਉਹਨਾਂ ਵਾਸਤੇ ਰੋਜ਼ੀ ਉੱਥੇ ਪਹੁੰਚ ਜਾਂਦੀ ਹੈ। ਰੱਬ ਸੁਬਹਾ ਦੇ ਟਾਈਮ ਸਾਰੇ ਫਰਿਸ਼ਤੇ ਭੇਜਦਾ ਕਿ ਰੋਜ਼ੀ ਵੰਡੋ, ਇਹਨਾਂ ਨੂੰ ਵੰਡ ਕੇ ਆਓ। ਅਤੇ ਅਰਲੀ ਟੂ ਬੈੱਡ ਅਰਲੀ ਟੂ ਰਾਈਜ ਮੇਕਸ ਅ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਇਸ ਤਰ੍ਹਾਂ ਵੈਲਦੀ ਹੁੰਦਾ ਬੰਦਾ, ਅਤੇ ਵਾਈਜ਼ ਜਦੋਂ ਸੁਬਹਾ ਦੀ ਹਵਾ ਖਾਂਦੇ ਹੋ ਤੁਸੀਂ, ਤਾਂ ਵਾਈਜ਼ ਹੋਵੋਗੇ, ਹੈਲਦੀ ਰਹੋਗੇ, ਸਿਹਤ ਰਹੇਗੀ, ਬਹੁਤ ਸਾਰੀਆਂ ਬਿਮਾਰੀਆਂ ਮੁੱਕ ਜਾਣਗੀਆਂ। ਮੇਰੇ ਕੋਲ ਇੱਕ ਸ਼ਖਸ ਆਇਆ, ਕਹਿੰਦਾ ਮੇਰਾ ਕੋਲੈਸਟਰੋਲ ਨਹੀਂ ਸੀ ਘੱਟ ਰਿਹਾ। ਮੈਂ ਕਿਹਾ ਫਿਰ ਤੂੰ ਕੀ ਕੀਤਾ? ਕਹਿੰਦਾ ਮੈਂ ਸੁਬਹਾ ਉੱਠ ਕੇ ਅਤੇ ਜਸਟ 15-20 ਮਿੰਟ ਆਪਣੇ ਲੌਂਗ 'ਚ ਪੈਰੋਂ ਨੰਗਿਆ, ਉਹ ਘਾਹ 'ਤੇ ਫਿਰਿਆ ਅਤੇ ਮੇਰਾ ਕੋਲੈਸਟਰੋਲ ਨੋਰਮਲ ਹੋ ਗਿਆ। ਮੈਂ ਕਿਹਾ ਬੈਸਟ ਨੁਸਖਾ, ਔਰ ਦੇਖੋ ਕਿੰਨਾ ਆਸਾਨ ਹੱਲ ਹੈ। ਸੁਬਹਾ ਉੱਠ ਕੇ ਤੁਸੀਂ ਓਸ ਜਿਹੜੀ ਪਈ ਹੁੰਦੀ ਹੈ, ਉਹ ਸ਼ਬਨਮ ਦੇ ਕਤਰੇ ਜਿਹੜੇ ਪਏ ਹੁੰਦੇ ਨੇ, ਤਰੇਲ ਜਿਹਨੂੰ ਕਹਿੰਦੇ ਨੇ, ਉਹ ਘਾਹ 'ਤੇ ਤੁਸੀਂ ਪੈਦਲ ਚੱਲੋ, ਤੁਹਾਡਾ ਕੋਲੈਸਟਰੋਲ ਨੋਰਮਲ, ਤੁਹਾਡੀ ਨੀਂਦ ਵੀ ਨੋਰਮਲ ਹੋ ਜਾਏਗੀ। ਇਹਦੇ ਨਾਲ ਇੱਕ ਬਹੁਤ ਆਸਾਨ ਫਾਰਮੂਲਾ ਹੈ, ਸੁਬਹਾ ਦੇ ਟਾਈਮ 15-20 ਮਿੰਟ ਬਸ, ਦੈਟਸ ਇਟ। ਅੱਗੇ ਆ ਜਾਓ ਹੁਣ, ਨੀਂਦ ਮੈਡੀਕਲ ਕਿਹੜੀਆਂ ਕਿਹੜੀਆਂ ਰੀਜ਼ਨਸ ਤੋਂ ਨਹੀਂ ਆਉਂਦੀ? ਜਿਹੜੀਆਂ ਮੈਡੀਕਲ ਰੀਜ਼ਨਸ ਆ ਨਾ, ਉਹਨਾਂ 'ਚ ਇੱਕ ਤਾਂ ਨੋਰਮਲ ਨੀਂਦ ਕਿੰਨੀ ਹੁੰਦੀ ਹੈ, 4 to 8 ਘੰਟੇ ਦੇ ਅੰਦਰ ਤੁਹਾਡੀ ਕਿਤੇ ਵੀ ਤੁਸੀਂ ਐਡਜਸਟ ਕਰ ਲਓ ਆਪਣੀ ਨੀਂਦ। ਅੱਛਾ, ਜਿੱਥੇ ਐਡਜਸਟ ਕਰ ਲਓਗੇ ਉਹ ਤੁਹਾਡੀ ਨੋਰਮਲ ਨੀਂਦ। ਯੂਜਲੀ ਨੀਂਦ ਦੀਆਂ ਸਟੇਜਸ ਹੁੰਦੀਆਂ ਨੇ, ਜੇ ਕਿਹੜੀ ਸਟੇਜ 'ਤੇ ਨੀਂਦ ਡੀਪ ਹੋ ਜਾਂਦੀ ਹੈ, ਘੰਟੇ ਡੇਢ ਤੋਂ ਬਾਅਦ ਨੀਂਦ ਡੀਪ ਹੋ ਜਾਂਦੀ ਹੈ, ਜਦੋਂ ਤੁਸੀਂ ਡੀਪ ਸਲੀਪ 'ਚ ਚਲੇ ਜਾਂਦੇ ਹੋ, ਉਸ ਤੋਂ ਬਾਅਦ ਤੁਹਾਨੂੰ 1 to 2 ਘੰਟੇ ਦੀ ਨੀਂਦ ਇਨਫ ਹੈ। ਅੱਛਾ, ਡੀਪ ਜਿਹਨੂੰ ਸਲੀਪ ਕਹਿੰਦੇ ਹਾਂ, ਘੰਟੇ ਡੇਢ ਤੋਂ ਬਾਅਦ ਆਉਂਦੀ ਹੈ ਉਹ ਸਟੇਜ, ਉਦੋਂ ਉੱਠਣਾ ਨਾ ਪਵੇ ਤੁਹਾਨੂੰ ਵਿੱਚੋਂ ਦੀ। ਪਰ ਕਈ ਬੰਦੇ ਜੇ ਪੈਂਦੇ ਹੀ ਬਹੁਤ ਗੂੜੀ ਨੀਂਦ ਚਲ ਜਾਂਦੇ ਨਾ, ਸੌਣ ਦੇ ਤਰੀਕੇ ਤੋਂ ਪਤਾ ਲੱਗਦਾ ਵੀ ਇਹ ਪਹੁੰਚ ਗਿਆ ਕਿਤੇ, ਉਹ ਲੱਗਦਾ ਘੰਟਾ ਕੁ ਫਿਰ ਵੀ ਲੱਗਦਾ, ਉਹ ਅਲਫਾ ਸਟੇਜ ਕ੍ਰੋਸ ਕਰਦੇ ਹੋ ਨਾ, ਘੰਟਾ ਕੁ ਲੱਗ ਜਾਂਦਾ, ਉਹ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਖਰਾਟੇ ਲੈ ਰਹੇ, ਐਕਚੁਅਲੀ ਖਰਾਟੇ ਵਾਲੇ ਬੰਦੇ ਨੂੰ ਕਿਤੇ ਡੀਪ ਸਲੀਪ ਹੁੰਦੀ ਹੈ। ਅੱਛਾ, ਉਹ ਤਾਂ ਕਈ ਵਾਰੀ ਆਪ ਵੀ ਆਪਣੇ ਖਰਾਟੇ ਸੁਣ ਰਿਹਾ ਹੁੰਦਾ, ਕਈ ਵਾਰੀ ਨਾਲ ਦੇ ਤਾਂ ਸੁਣ ਹੀ ਰਹੇ ਹੁੰਦੇ, ਉਹ ਡਿਸਟਰਬ ਹੁੰਦਾ। ਸੋ ਜਿਹੜੇ ਬੰਦੇ ਨੂੰ ਮਤਲਬ ਇੱਦਾਂ ਖਰਾਟੇ ਆਉਂਦੇ ਆ, ਉਹ ਜ਼ਰੂਰੀ ਨਹੀਂ ਹੈ ਵੀ ਉਹ ਗੂੜੀ ਨੀਂਦ ਸੁੱਤਾ, ਨਾ 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 ਨਾ, ਇਹ ਜ਼ਰੂਰੀ ਨਹੀਂ ਹੈ। ਡੀਪ ਸਲੀਪ ਲਈ ਨੰਬਰ 1 ਤਾਂ ਤੁਹਾਨੂੰ ਉਹ ਦੱਸਿਆ, ਆਪਾਂ ਬੇਸਿਕ ਤੋਂ ਸ਼ੁਰੂ ਕਰਦੇ, ਨੰਬਰ 1 ਤਾਂ ਤੁਹਾਨੂੰ ਦੱਸਿਆ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰੋ, ਰੂਹਾਨੀਅਤ ਨੂੰ ਠੀਕ ਕਰੋ, ਸਪਿਰਚੁਅਲਿਟੀ ਨੂੰ ਆਪਣੇ ਨੂੰ ਠੀਕ ਕਰੋ, ਕਿੱਥੇ ਗੰਦ ਪਾਇਆ ਹੋਇਆ ਉਹਨੂੰ ਠੀਕ ਕਰੋ। ਨੰਬਰ 2 ਤਾਂ ਆ ਜਾਓ, ਤੁਸੀਂ ਆਪਣਾ ਪਾਣੀ ਪੂਰਾ ਕਰੋ। ਅੱਛਾ, 3.5 to 4 ਲੀਟਰ ਪਾਣੀ ਪੀਓ, ਗਰਮ ਪਾਣੀ ਪੀਣ ਵਾਲੇ ਦੀ ਨੀਂਦ ਵੀ ਖਰਾਬ ਹੋ ਜਾਂਦੀ। ਅੱਛਾ, ਵਾਰਮ ਵਾਟਰ ਵਾਲੇ ਦੀ ਨੀਂਦ ਵੀ ਖਰਾਬ ਹੋ ਜਾਂਦੀ, ਘੱਟ ਵਾਟਰ ਵਾਲੇ ਦੀ ਨੀਂਦ ਤਾਂ ਹੁੰਦੀ ਖਰਾਬ ਹਨ, ਕਿਉਂਕਿ ਬ੍ਰੇਨ ਡੀਹਾਈਡਰੇਟ ਹੋ ਜਾਂਦਾ, ਅਤੇ ਜਿਹਦਾ ਪਾਣੀ 3.5 to 4 ਲੀਟਰ ਹੋਏਗਾ ਉਹਦੀ ਨੀਂਦ ਪੂਰੀ ਹੋਏਗੀ। ਰਾਤ ਨੂੰ ਸੌਣ ਤੋਂ ਘੰਟਾ ਡੇਢ ਪਹਿਲੇ ਪਾਣੀ ਬੰਦ ਕਰ ਦਿਓ ਆਪਣਾ। ਅੱਛਾ, ਸੌਣ ਤੋਂ ਪਹਿਲਾਂ ਘੰਟਾ ਡੇਢ ਪਹਿਲਾਂ ਪਾਣੀ ਬੰਦ ਰੋਕ ਦਿਓ। ਅੱਛਾ, ਜੇ ਪਿਆਸ ਲੱਗੇ ਤਾਂ ਸਿਪ ਲੈਣਾ ਇੱਕ ਛੋਟਾ ਜਿਹਾ, ਔਰ ਖਾਲੀ ਹੋ ਕੇ ਫਿਰ ਸੌਣਾ। ਅੱਛਾ, ਇਹ ਬੜਾ ਇੰਪੋਰਟੈਂਟ ਹੈ, ਕਿਡਨੀ ਵੀਕ ਕਰਦਾ ਜਿਹੜਾ ਬੰਦਾ ਰਾਤ ਨੂੰ ਪਾਣੀ ਪੀਂਦਾ, ਉਹਨੂੰ ਮੇਲਸ ਨੂੰ ਪ੍ਰੋਸਟੇਟ ਹੁੰਦਾ ਹੈ, ਫੀਮੇਲ ਨੂੰ ਬਲੈਡਰ ਵੀਕ ਕਰਦਾ, ਨਾਲ ਕਿਡਨੀ ਵੀਕ ਕਰਦਾ। ਪਰ ਕਈ ਬੰਦੇ ਇਹੀ ਸੋਚ ਕੇ ਪਾਣੀ ਨਾਲ ਰੱਜ ਕੇ ਸੌਂਦੇ, ਸਵੇਰੇ ਜਲਦੀ ਪ੍ਰੈਸ਼ਰ ਬਣੂਗਾ ਵਾਸ਼ਰੂਮ ਦਾ ਅਤੇ ਬੰਦਾ ਜਲਦੀ ਉੱਠ ਜੂਗਾ। ਵੀ ਪਾਣੀ ਪੀ ਕੇ ਪਸਾਓ, ਤੁਹਾਨੂੰ ਸਵੇਰੇ ਪ੍ਰੈਸ਼ਰ ਬਣੂਗਾ ਹੀ ਬਣੂਗਾ, ਤਾਂ ਵੀ ਬਣੂਗਾ ਅਗਰ ਨੋਰਮਲ ਇਨਸਾਨ ਹੋ ਤੁਸੀਂ। ਇੱਕ ਤਾਂ ਰਾਤ ਨੂੰ ਪਾਣੀ ਨਹੀਂ ਪੀਣਾ ਸੌਣ ਤੋਂ ਪਹਿਲਾਂ, ਘੰਟਾ ਡੇਢ ਪਹਿਲੇ, ਘੰਟਾ ਕੁ ਪਹਿਲੇ ਤਾਂ ਜ਼ਰੂਰ ਛੱਡ ਦੇਣਾ, ਔਰ ਖਾਲੀ ਹੋਣਾ, 2 ਵਾਰੀ ਖਾਲੀ ਹੋ ਕੇ ਸੌਣਾ, ਇੱਕ ਵਾਰੀ ਘੰਟਾ ਕੁ ਪਹਿਲਾਂ, ਇੱਕ ਵਾਰੀ ਸੌਣ ਲੱਗਿਆ। ਤੀਸਰੀ ਚੀਜ਼ 'ਤੇ ਆ ਜਾਓ, ਤੁਸੀਂ ਫੂਡ ਕਿਹੜੀ ਖਾਂਦੇ ਹੋ, ਤੁਹਾਡੀ ਫੂਡ 'ਤੇ 100% ਡਿਪੈਂਡੈਂਟ ਹੈ ਨੀਂਦ ਤੁਹਾਡੀ। ਬਹੁਤ ਮਿਰਚਾਂ ਖਾਂਦੇ ਹੋ, ਬਹੁਤ ਮਸਾਲੇ ਖਾ ਰਹੇ ਹੋ, ਚਾਹ ਪੀ ਰਹੇ ਹੋ, ਕੌਫੀ ਪੀ ਰਹੇ ਹੋ ਬਹੁਤ ਜ਼ਿਆਦਾ, ਇਹਨਾਂ ਬੰਦਿਆਂ ਦੀ ਨੀਂਦ ਡਿਸਟਰਬ ਹੈ। ਚਾਹ, ਕੌਫੀ, ਮਿਰਚਾਂ, ਮਸਾਲੇ, ਲਾਲ ਮਿਰਚਾਂ, ਹਰੀਆਂ ਮਿਰਚਾਂ, ਅਚਾਰ,
ਇਹ ਖਾਣ ਵਾਲਿਆਂ ਦੀ ਨੀਂਦ ਡਿਸਟਰਬ ਹੋਏਗੀ, ਇਹ ਨਾ ਖਾਓ, ਕਾਲੀਆਂ ਮਿਰਚਾਂ ਦੇ ਆ ਜਾਓ। ਮੈਂ ਬਹੁਤ ਦਫ਼ਾ ਕਹਿ ਚੁੱਕਿਆ ਹਰੀ ਔਰ ਲਾਲ ਇੱਕ ਹੀ ਗੱਲ ਹੈ, ਉਹ ਉਹਦੀ ਪੇਰੈਂਟ ਮਿਰਚ ਹੈ ਨਾ ਹਰੀ, ਜੀ ਜੀ, ਅਤੇ ਉਹ ਇੱਕੋ ਹੀ ਗੱਲ ਹੈ। ਤੁਸੀਂ ਬਾਹਰ ਦੇ ਮਸਾਲੇ ਖਾਂਦੇ ਹੋ ਜਾਂ ਜਿਹੜੇ ਪੈਕਟਾਂ 'ਚ ਮਸਾਲੇ ਆਪਾਂ ਲੈ ਕੇ ਆਉਂਦੇ ਹਾਂ, ਉਹਨਾਂ 'ਚ ਤੁਹਾਨੂੰ ਨਹੀਂ ਪਤਾ ਕੀ ਕੀ ਕੁਛ ਪਾਇਆ ਹੋਇਆ। ਤੁਸੀਂ ਆਪਣਾ ਘਰ ਦਾ ਬਣਾਓ ਨਾ, ਦਾਲਚੀਨੀ ਪੀਸੋ, ਲੌਂਗ ਪੀਸੋ, ਇਲਾਚੀਆਂ ਪੀਸੋ, ਵੱਡੀ ਇਲਾਚੀ ਪੀਸੋ, ਔਰ ਥੋੜ੍ਹਾ ਪਾਓ। ਜਿੰਨਾ ਘੱਟ ਪਾਓਗੇ ਉਨਾ ਤੁਹਾਡਾ ਸਟਮਕ ਸੁਖੀ ਰਹੇਗਾ। ਅਸੀਂ ਕਿਹੜਾ ਮੈਕਸੀਕਨ ਆ ਕੇ 25 ਕਿਸਮ ਦੀਆਂ ਮਿਰਚਾਂ ਖਾਈਆਂ, ਜਿਵੇਂ ਦਪਿੰਦਰ ਭਾਅ ਜੀ ਦੱਸ ਰਹੇ ਸੀ ਕਿ ਮੈਕਸੀਕੋ 'ਚ 20-25 ਕਿਸਮ ਦੀਆਂ ਉਹਨਾਂ ਦੀਆਂ ਮਿਰਚਾਂ ਦੀਆਂ ਡਿਸ਼ਾਂ ਨੇ, ਅਤੇ ਉਹ ਉਹਨਾਂ ਨੂੰ ਹੀ ਸੂਟ ਕਰਦਾ, ਸਾਨੂੰ ਨਹੀਂ ਸੂਟ ਕਰਦਾ। ਉਹਨਾਂ ਦੀ ਬਾਡੀ ਟਾਈਪਸ, ਉਹਨਾਂ ਦਾ ਇਨਵਾਇਰਮੈਂਟ, ਜਿਵੇਂ ਚਾਈਨੀਜ਼ ਨੂੰ ਗਰਮ ਪਾਣੀ ਸੂਟ ਕਰਦਾ, ਉਹ ਅਸੀਂ ਆਪਣੇ ਉੱਪਰ ਲਾਉਣ ਦੀ ਕੋਸ਼ਿਸ਼ ਕਰ ਰਹੇ, ਅਸੀਂ ਅੱਧੇ ਚਾਈਨੀਜ਼ ਬਣਨ ਦੀ ਕੋਸ਼ਿਸ਼ ਕਰਦੇ, ਸਾਨੂੰ ਨਹੀਂ ਉਹ ਸੂਟ ਕਰਦਾ। ਲਿਹਾਜ਼ਾ ਅਸੀਂ ਇਹ ਚੀਜ਼ਾਂ ਤੋਂ ਬਚੀਏ, ਮਿਰਚਾਂ ਨੂੰ ਕੱਢ ਦਿਓ ਆਪਣੀ ਲਾਈਫ 'ਚੋਂ, ਸਿਰਫ ਕਾਲੀਆਂ ਮਿਰਚਾਂ ਔਰ ਬਹੁਤ ਥੋੜ੍ਹੀਆਂ ਮਿਰਚਾਂ ਤਿਆਰ। ਹਰੀ ਮਿਰਚ ਬਿਲਕੁਲ ਨਹੀਂ, ਹਰੀ ਅਤੇ ਲਾਲ ਇੱਕੋ ਹੀ ਗੱਲ ਹੈ। ਅੱਛਾ, ਇੱਕੋ ਵੈਸੇ ਲਾਲ ਨੂੰ ਜ਼ਿਆਦਾ ਖਤਰਨਾਕ ਦੱਸਦੇ, ਹਰੀ ਕਿਤੇ ਖਾ ਲੈਣੀ ਚਾਹੀਦੀ। ਹਰੀ ਉਹਦੀ ਮਾਂ ਹੈ ਨਾ, ਅੱਛਾ, ਹਰੀ ਤੋਂ ਹੀ ਲਾਲ ਬਣੀ ਹੈ ਨਾ, ਹਰੀ ਤੋਂ ਹੀ ਹੋਈ। ਤੁਸੀਂ ਤਾਂ ਪਿੰਡਾਂ ਦੇ ਰਹਿਣ ਵਾਲੇ, ਤੁਹਾਨੂੰ ਤਾਂ ਪਤਾ ਕਿ ਕਿਵੇਂ। ਅੱਖਾਂ ਵਾਸਤੇ ਹਰੀ ਮਿਰਚ ਚੰਗੀ ਵੀ ਦੱਸਦੇ ਕਈ ਵਾਰੀ? ਅੱਖਾਂ ਵਾਸਤੇ ਚਿੱਟੀ ਮਿਰਚ ਚੰਗੀ ਹੁੰਦੀ, ਤੁਹਾਨੂੰ ਗਲਤ ਦੱਸਿਆ ਕਿਸੇ ਨੇ, ਹਰੀ ਮਿਰਚ ਅੱਖਾਂ ਲਈ ਹੁੰਦੀ ਹੈ। ਅੱਛਾ, ਵਾਈਟ ਪੇਪਰ ਜਿਹੜੀ ਹੈ ਨਾ, ਜਿਵੇਂ ਬਲੈਕ ਪੇਪਰ ਆ, ਉਸੇ ਤਰ੍ਹਾਂ ਦੀ ਗੋਲ ਗੋਲ ਵਾਈਟ ਪੇਪਰ ਹੁੰਦੀ ਹੈ, ਉਹ ਅੱਖਾਂ ਦੀ ਦਵਾਈ ਹੈ। ਅੱਛਾ, ਉਹ ਤੁਸੀਂ ਦੋ ਚੁਟਕੀਆਂ ਉਹ ਪਾ ਲਿਆ ਕਰੋ। ਹਰੀ ਨਹੀਂ, ਹਰੀ ਨਹੀਂ, ਤਿੰਨ ਚੀਜ਼ਾਂ ਦੱਸਦੀਆਂ ਹੋ ਗਈਆਂ। ਚੌਥੇ ਚੀਜ਼ 'ਤੇ ਆ ਜਾਓ, ਤੁਸੀਂ ਜਿਹੜਾ ਸਕਰੀਨ ਯੂਜ਼ ਕਰਦੇ ਹੋ, ਫੋਨ, ਟੈਬਲੇਟਸ, ਕੰਪਿਊਟਰ, ਟੀਵੀ ਵੀ, ਕੋਈ ਵੀ ਸਕਰੀਨ ਆ, ਸੌਣ ਤੋਂ ਘੰਟਾ ਡੇਢ ਪਹਿਲੇ ਦਿਮਾਗ ਨੂੰ ਜ਼ਰਾ ਰਿਲੈਕਸ ਕਰੋ। ਉਹਦਾ ਮੀਟਰ 'ਤੇ ਚੱਲ ਰਿਹਾ ਨਾ, ਉਹਦਾ ਕੰਪਿਊਟਰ 'ਤੇ ਔਨ ਹੈ ਨਾ ਕੰਟੀਨਿਊਸ। ਇਹ ਇੰਪੋਸੀਬਲ ਚੀਜ਼ ਆ ਜਿਹੜੇ ਸਮੇਂ, ਬਾਕੀ ਤਿੰਨੇ ਚੀਜ਼ਾਂ ਤੁਹਾਡੀਆਂ ਸ਼ਾਇਦ ਮੰਨੀਆਂ ਜਾਣ, ਇਹ ਹੁਣ ਬਾਕੀ ਕਮੈਂਟ ਆ ਜਾਣਗੇ ਉਹ ਦੱਸ ਦੇਣਗੇ, ਪਰ ਇਹ ਹੁਣ ਤਾਂ ਬੰਦਾ ਸੌਣ ਤੋਂ ਪਹਿਲਾਂ ਅਖੀਰ ਵਾਲੀ ਚੀਜ਼ ਹੀ ਫੋਨ ਹੁੰਦੀ ਹੈ, ਅਤੇ ਉੱਠਣ ਤੋਂ ਬਾਅਦ 'ਚ ਪਹਿਲੀ ਚੀਜ਼ ਹੀ ਫੋਨ ਹੁੰਦੀ ਹੈ। ਅਤੇ ਬਿਮਾਰੀਆਂ ਵੀ ਤਾਂ ਨਵੀਆਂ ਲੱਗੀ ਆ ਨਾ, ਸਲੀਪ ਐਪਨੀਆਂ ਕਦੇ ਆਪਾਂ ਬਚਪਨ 'ਚ ਸੁਣਿਆ ਸੀ, ਔਟਿਜ਼ਮ ਕਦੇ ਬੱਚਿਆਂ ਨੂੰ ਬਚਪਨ 'ਚ ਸੁਣਿਆ ਸੀ, ਤੁਹਾਡੇ ਔਲਾਦਾਂ 'ਚ ਔਟਿਜ਼ਮ ਆ ਰਿਹਾ। ਹਾਂ ਬਿਲਕੁਲ ਠੀਕ, ਇਹ ਤੁਹਾਡੀ ਹੈ ਦਿਮਾਗ ਦੀ ਫਤੂਰ ਆ। ਔਟਿਜ਼ਮ ਹੈ ਕੀ? ਅਟੈਂਸ਼ਨ ਡੈਫੀਸ਼ੈਂਸੀ ਸਿੰਡਰੋਮ, ਉਹਦੀ ਇੱਕ ਪਾਰਟ ਹੈ। ਬਿਲਕੁਲ, ਦਿਮਾਗ ਅਟੈਂਸ਼ਨ ਨੂੰ ਜਨਰੇਟ ਕਰਦਾ ਜਾਂ ਰਿਜੂਵੀਨੇਟ ਕਰਦਾ ਜਾਂ ਘੱਟ ਕਰਦਾ, ਤਵੱਜੋ ਜਿਹਨੂੰ ਕਹਿੰਦੇ ਆ। ਤੁਹਾਡੀ ਤਵੱਜੋ ਇਹਦੇ 'ਤੇ ਆ ਸੌਣ ਲੱਗਿਆ, ਅਤੇ ਦੋ ਜਿਹਨੂੰ ਡੇਢ ਘੰਟੇ 'ਚ, ਜਿਹਨੇ ਡੀਪ ਸਲੀਪ 'ਚ ਜਾਣਾ, ਇਹ 4 ਘੰਟੇ 'ਚ ਜਾਏਗਾ, ਅਤੇ 4 ਘੰਟੇ ਬਾਅਦ 2 ਘੰਟੇ ਬਾਅਦ ਉੱਠਣ ਦਾ ਟਾਈਮ ਹੋ ਜਾਏਗਾ, ਉਹਦੀ ਡੀਪ ਸਲੀਪ ਹੀ ਨਹੀਂ ਪੂਰੀ ਹੁੰਦੀ। ਡਾਇਬਟੀਜ਼ ਕਿਉਂ ਹੋ ਰਹੀ ਹੈ? ਡਾਇਬਟੀਜ਼ ਇਸ ਤੋਂ ਹੋ ਰਹੀ ਹੈ ਕਿ ਪਿਚੂਟਰੀ ਗਲੈਂਡ ਇੱਕ ਹਾਰਮੋਨ ਐਕਸਕ੍ਰੀਟ ਕਰਦਾ ਜਿਹੜਾ ਤੁਹਾਨੂੰ ਸ਼ੂਗਰ ਹੋਣ ਤੋਂ ਰੋਕਦਾ, ਔਰ ਉਹ ਸੌਣ ਤੋਂ ਬਾਅਦ ਔਰ ਸੂਰਜ ਡੁੱਬਣ ਤੋਂ ਬਾਅਦ ਉਹ ਨਿਕਲਦਾ। ਅੱਛਾ, ਜਦੋਂ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਸੌ ਜਾਂਦੇ ਹੋ, ਅੱਖਾਂ ਬੰਦ ਹੁੰਦੀਆਂ, ਡੀਪ ਸਲੀਪ 'ਚ ਜਾ ਕੇ ਉਹ ਐਕਸਕ੍ਰੀਟ ਹੁੰਦਾ। ਅੱਛਾ, ਉਹ ਡਾਇਬਟੀਜ਼ ਹੋਣ ਤੋਂ ਰੋਕਦਾ। ਅਤੇ ਡਾਇਬਟੀਜ਼ ਕਿਉਂ ਵੱਧ ਰਹੀ ਹੈ? ਸਾਰੀ ਰਾਤ ਜਾਗਦੇ ਹਾਂ ਆਪਾਂ, ਸੁਬਾਹ ਹੋਣ ਲੱਗਦੀ ਤਾਂ ਸੌਂ ਜਾਂਦੇ, ਉਹ ਹਾਰਮੋਨ ਹੀ ਨਹੀਂ ਐਕਸਕ੍ਰੀਟ ਹੋਇਆ, ਬਹੁਤ ਥੋੜ੍ਹਾ। ਉਹਨੇ ਸਕੂਨ ਕਿੱਥੋਂ ਲੈਣ ਦੇਣਾ? ਮੈਲੇਟੋਨਿਨ, ਕੁੱਲ ਮਿਲਾ ਕੇ ਕੁਦਰਤੀ ਜਿਹੜੀਆਂ ਚੀਜ਼ਾਂ ਦੇ ਨੇੜੇ ਤੇੜੇ ਸਾਰੇ ਇਲਾਜ ਨੇ। ਕੁਦਰਤ 'ਤੇ ਬਸ ਹੁਕਮ ਮੰਨੀ ਜਾਓ ਅਤੇ ਤੁਹਾਡਾ ਸਾਰਾ ਕੁਝ ਠੀਕ ਆ। ਜਦੋਂ ਕੁਦਰਤ ਦੇ ਕਿਸੇ ਵੀ ਨਿਯਮ ਦੀ ਉਲੰਘਣਾ ਹੋਣੀ ਆ ਅਤੇ ਉਹਨੇ ਫਿਰ ਆਪਣਾ ਜਿਹੜਾ ਅੱਗੋਂ ਹਸ਼ਰ ਉਦਾਂ ਦਾ ਕਰ ਦੇਣਾ, ਕਰ ਦੇਣਾ। ਅੱਛਾ, ਜਿਹੜੀ ਡਾਕਟਰ ਸਾਹਿਬ ਕਈ ਜਿਹੜੀ ਗੋਲੀ ਖਾਂਦੇ ਆ ਸੌਣ ਲੱਗਿਆਂ, ਉਹ ਕਿੰਨੀ ਕੁ ਖਤਰਨਾਕ ਆ ਨੀਂਦ ਵਾਲੀ ਗੋਲੀ? ਸਭ ਤੋਂ ਜ਼ਿਆਦਾ ਇਹੀ ਖਤਰਨਾਕ ਹੈ। ਅੱਛਾ, ਹਾਂ, ਇਹ ਕੁਛ ਅਰਸੇ ਤੱਕ ਤਾਂ ਤੁਹਾਨੂੰ ਨੀਂਦ ਲਿਆਉਂਦੀ ਹੈ। ਸੈਡੇਟਿਵਸ ਜਿੰਨੇ ਨੇ ਇਹ ਬਹੁਤ ਖਤਰਨਾਕ ਨੇ। ਸੈਡੇਟਿਵਸ ਤੋਂ ਤੁਸੀਂ ਜਾਨ ਛੁਡਾਉਣੀ ਹੈ ਸਭ ਤੋਂ ਪਹਿਲਾਂ, ਨੀਂਦ ਲਿਆਉਣ ਵਾਲੀਆਂ ਚੀਜ਼ਾਂ ਤੋਂ। ਜੀ, ਤੁਸੀਂ ਇੱਕ ਨੈਚੁਰਲ ਹੋਮਿਓਪੈਥਿਕ ਦੇ ਮਸਲ ਰਿਲੈਕਸੈਂਟ ਯੂਜ਼ ਕਰੋ। ਹੋਮਿਓਪੈਥਿਕ ਦੇ ਨੈਚੁਰਲ ਮਸਲ ਰਿਲੈਕਸੈਂਟ, ਹਰਬਲ ਮਸਲ ਰਿਲੈਕਸੈਂਟ ਯੂਜ਼ ਕਰੋ। ਅਸ਼ਵਾਗੰਧਾ ਹਰਬਲ ਰਿਲੈਕਸੈਂਟ ਹੈ, ਬਹੁਤ ਅੱਛਾ ਮਸਲ ਰਿਲੈਕਸੈਂਟ ਹੈ। ਜਿਨਕੋ ਬਾਇਲੋਬਾ, ਜਿਹਨੂੰ ਗਿਨਕੋ ਬਾਇਲੋਬਾ ਇੱਥੇ ਕਹਿੰਦੇ, ਉਹ ਮਸਲ ਰਿਲੈਕਸੈਂਟ ਹੈ। ਅਦਰਕ ਮਸਲ ਰਿਲੈਕਸੈਂਟ ਹੈ, ਜਿਹਨੂੰ ਆਪਾਂ ਸੁੰਡ ਕਹਿ ਦਿੰਦੇ ਹਾਂ, ਸੁੱਕੀ ਹੋਈ ਹੈ। ਸੌਂਫ ਮਸਲ ਰਿਲੈਕਸੈਂਟ ਹੈ, ਅਜਵਾਇਨ ਮਸਲ ਰਿਲੈਕਸੈਂਟ ਹੈ, ਐਂਟੀ ਆਕਸੀਡੈਂਟ ਜਿੰਨੇ ਨੇ ਉਹ ਮਸਲ ਰਿਲੈਕਸੈਂਟ। ਇਹ ਸਾਰਾ ਕੁਝ ਘਰ ਦੀ ਰਸੋਈ 'ਚ ਹੀ ਪਿਆ ਹੁੰਦਾ। ਮੈਂ ਤੁਹਾਨੂੰ ਇਹੀ ਤਾਂ ਇਲਾਜ ਦੱਸਦਾ ਸਾਰੇ, ਕਿ ਸਾਡੇ ਕੋਲ ਆਉਣ ਤੋਂ ਬਚੋ। ਸਾਡੇ ਕੋਲ ਆਓਗੇ ਤਾਂ ਫਿਰ ਪੈਸੇ ਹੀ ਲਾਓਗੇ ਨਾ, ਟਾਈਮ ਵੀ ਲਾਓਗੇ ਅਤੇ ਪੈਸੇ ਵੀ ਲਾਓਗੇ। ਤਾਂ ਸਾਡੇ ਕੋਲ ਆਉਣ ਤੋਂ ਬਚੋ, ਡਾਕਟਰਾਂ ਕੋਲ ਆਉਣ ਤੋਂ ਬਚੋ। ਉਹਨਾਂ ਨੇ ਤਾਂ ਪੈਸੇ ਖਿੱਚਣੇ ਆ ਤੁਹਾਡੇ, ਡਾਕਟਰਾਂ ਨੇ। ਤਾਂ ਤੁਸੀਂ ਕਿਉਂ ਆਪਣਾ ਅਤੇ ਆਪਣੇ ਪੈਸਿਆਂ ਦੇ ਨਾਲ ਦੁਸ਼ਮਣੀ ਕਰਦੇ ਹੋ? ਤੁਹਾਡੇ ਘਰ 'ਚ ਸਾਰਾ ਇਲਾਜ ਪਿਆ, ਜਿੰਨੇ ਐਂਟੀ ਆਕਸੀਡੈਂਟ ਹੈ, ਹਲਦੀ ਤੋਂ ਲੈ ਕੇ ਅਤੇ ਅਜਵਾਇਨ ਤੱਕ, ਉਹ ਸਾਰੇ ਦੇ ਸਾਰੇ ਮਸਲ ਰਿਲੈਕਸੈਂਟ ਹੈ। ਅੱਛਾ, ਤੁਸੀਂ ਅਜਵਾਇਨ, ਕਲੌਂਚੀ, ਮੇਥੀ ਦਾਣਾ, ਇਹਨਾਂ ਦੀ ਅੱਧੀ ਚਮਚੀ ਸੁਬਹਾ ਸੁਬਹਾ ਨਾਸ਼ਤੇ ਤੋਂ ਬਾਅਦ ਲੈ ਲਿਆ ਕਰੋ, ਅਤੇ ਇੱਕ ਦੋ ਚੁਟਕੀਆਂ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਲੈ ਲਿਆ ਕਰੋ।
ਤੁਹਾਡੇ ਮਸਲ ਰਿਲੈਕਸ ਹੋ ਜਾਣਗੇ, ਸਟਮਕ ਦੇ ਮਸਲ ਰਿਲੈਕਸ ਹੋ ਜਾਣਗੇ. ਜਦੋਂ ਸਟਮਕ ਦੇ ਮਸਲ ਰਿਲੈਕਸ ਹੋ ਗਏ, ਤੁਹਾਨੂੰ ਐਸਿਡ ਨਹੀਂ ਬਣ ਰਿਹਾ, ਤੁਹਾਡੀ ਨੀਂਦ ਡੀਪ ਹੋਏਗੀ. ਫਿਰ ਬਹੁਤ ਸਾਰੇ ਲੋਕਾਂ ਦਾ ਲਿਵਰ ਫੈਟੀ ਹੈ, ਇਹੀ ਮਸਾਲਿਆਂ ਤੋਂ, ਸਟ੍ਰੈਸ ਤੋਂ, ਸਿਗਰਟ ਤੋਂ, ਕੌਫੀ ਤੋਂ, ਚਾਹ ਤੋਂ, ਇਹ ਬੁਰੀ ਫੂਡ ਤੋਂ, ਜੰਕ ਫੂਡ ਤੋਂ, ਪਿੱਜ਼ਿਆਂ ਤੋਂ, ਬਰਗਰਸ ਤੋਂ, ਉਹਨਾਂ ਦਾ ਲਿਵਰ ਫੈਟੀ ਹੋ ਜਾਂਦਾ. ਜਦੋਂ ਲਿਵਰ ਫੈਟੀ ਹੋ ਜਾਂਦਾ, ਉਦੋਂ ਤੁਹਾਡੀ ਨੀਂਦ ਉੱਡ ਜਾਂਦੀ. ਦੇਖੋ ਨਾ ਕਿੰਨਾ ਵੱਡਾ ਰੱਬ ਨੇ ਸਿਸਟਮ ਬਣਾਇਆ ਤੁਹਾਡਾ, ਕਿ ਤੁਹਾਡਾ ਸਿਸਟਮ ਅੰਦਰਲਾ ਠੀਕ ਹੈ ਤਾਂ ਤੁਹਾਡਾ ਬਾਹਰਲਾ ਵੀ ਠੀਕ ਹੈ. ਅਗਰ ਅੰਦਰੋਂ ਕੋਈ ਚੀਜ਼ ਖਰਾਬ ਹੋ ਗਈ ਤਾਂ ਉਹਨੇ ਬਾਹਰ ਵਾਲੀ ਖਰਾਬ ਕਰ ਦੇਣੀ ਆ, ਫਿਰ ਚਿਹਰੇ 'ਤੇ ਆ ਜਾਂਦੀ ਤੁਹਾਡੇ 'ਤੇ. ਜਦੋਂ ਅੰਦਰੋਂ ਖਰਾਬ ਹੁੰਦੀ ਹੈ, ਤੁਹਾਡੀ ਸਕਿਨ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ. ਅੱਜ 2-3 ਪੇਸ਼ੈਂਟ ਮੇਰੀ ਅੱਜ ਫੋਨ ਕਾਲ ਅਪੁਆਇੰਟਮੈਂਟ ਸੀਗੀਆਂ. ਅੱਜ 3 ਪੇਸ਼ੈਂਟ ਮੈਂ ਸਿਰਫ ਮੂੰਹ ਦੇ ਛਾਈਆਂ ਦੇ ਔਰ ਐਕਨੀ ਦੇ ਸੀਗੇ. 3 ਪੇਸ਼ੈਂਟ, ਯਾਨੀ 40-50 ਪੇਸ਼ੈਂਟਸ 'ਚੋਂ 3 ਦੀ ਐਵਰੇਜ ਆ. ਇਹ 8-10% ਹੋ ਗਈ ਗੱਲ. ਜੇ 10% 100 'ਚੋਂ ਲੋਕਾਂ ਨੂੰ ਸਿਰਫ ਔਰ ਸਿਰਫ ਮੂੰਹ ਦੇ ਪ੍ਰੋਬਲਮ ਸਿਰਫ ਫੂਡ ਦੀ ਵਜ੍ਹਾ ਤੋਂ ਹੀ ਹੈ, ਯਾਰ ਤੁਸੀਂ ਉਹ ਕਿਹੜਾ ਔਖਾ ਕੰਮ ਹੈ. ਸੋ ਕੁੱਲ ਮਿਲਾ ਕੇ ਸਾਡਾ ਇੰਨਾ ਕੁ ਜਿਹੜਾ ਮੂੰਹ ਆ ਨਾ, ਇਹ ਕਿਸੇ ਨੂੰ ਗਲਤ ਬੋਲਦਾ ਤਾਂ ਉਹਨੇ ਵੀ ਨੀਂਦ ਉਡਾ ਦੇਣੀ, ਇੱਕ ਮਾੜੇ ਕਰਮ ਕਰੂਗਾ ਕਿਸੇ ਨੂੰ ਕੁਛ ਕਹਿ ਕੇ ਤਾਂ ਉਹਨੇ ਵੀ ਨੀਂਦ ਉਡਾ ਦੇਣੀ, ਜੇ ਗਲਤ ਖਾਊਗਾ ਤਾਂ ਉਹਨੇ ਵੀ ਨੀਂਦ ਉਡਾ ਦੇਣੀ. ਹਾਂ, ਸੋ ਇਹ ਕਿੰਨਾ ਮੇਜਰ ਰੋਲ ਪਲੇ ਕਰਦਾ ਨਾ. ਬਿਲਕੁਲ ਮੇਜਰ ਰੋਲ. ਫਿਰ ਤੁਹਾਡਾ ਲਿਵਰ ਫੈਟੀ ਹੈ ਅਤੇ ਉਹਦਾ ਵੀ ਇਲਾਜ ਕਰੋ. ਉਹਦਾ ਇਲਾਜ ਬਹੁਤ ਆਸਾਨ ਆ. ਤੁਸੀਂ 2-3 ਫਿਗਸ, ਜਿਹਨੂੰ ਇੰਜੀਰਾਂ ਕਹਿੰਦੇ ਹਾਂ ਆਪਾਂ, 2-3 ਫਿਗਸ ਰਾਤ ਨੂੰ 1 ਗਲਾਸ ਪਾਣੀ 'ਚ ਭਿਓ ਕੇ ਰੱਖ ਦਿਓ. ਹਰ ਦੂਸਰਾ ਬੰਦਾ ਆ ਕੇ ਕਹਿੰਦਾ ਮੇਰਾ ਲਿਵਰ ਫੈਟੀ ਆ ਜੀ, ਮੇਰਾ ਲਿਵਰ ਫੈਟੀ ਆ. ਯਾਰ ਤੁਹਾਡੇ ਘਰ 'ਚ ਇਲਾਜ ਪਿਆ, ਤੁਸੀਂ ਡਾਕਟਰਾਂ ਦੀ ਜਾਨ ਛੱਡ ਦਿਓ, ਆਪਣੀ ਜਾਨ ਵੀ ਛੁਡਾ ਲਓ ਉਹਨਾਂ ਕੋਲੋਂ. 3 ਫਿਗਸ ਰਾਤ ਨੂੰ 1 ਗਲਾਸ ਪਾਣੀ 'ਚ ਪਾ ਕੇ ਰੱਖ ਦਿਓ. ਸੁਬਾਹ ਉੱਠ ਕੇ ਉਹ ਫਿਗ ਚਮਚ ਨਾਲ ਕੱਢ ਕੇ ਖਾ ਲਓ ਅਤੇ ਪਾਣੀ ਪੀ ਲਓ, ਜਾਂ ਉਹਨੂੰ ਗ੍ਰਾਇੰਡ ਕਰਕੇ ਪੀ ਲਓ. ਠੀਕ ਹੈ, ਦੈਟਸ ਇਟ, ਤੁਹਾਡਾ ਲਿਵਰ ਫੈਟੀ ਖਤਮ ਹੋ ਗਿਆ. ਫਿਰ ਕੌਂਸਟੀਪੇਸ਼ਨ ਦੇ ਬੜੇ ਪੇਸ਼ੈਂਟ ਆਉਂਦੇ, ਜਿਹਨੂੰ ਕੌਂਸਟੀਪੇਸ਼ਨ ਹੋਏਗੀ ਉਹਨੂੰ ਨੀਂਦ ਕਿੱਥੋਂ ਆਏਗੀ. ਕੌਂਸਟੀਪੇਸ਼ਨ ਦੂਰ ਕਰੋ, ਪੇਟ ਸਾਫ਼ ਕਰੋ, ਅੰਤੜੀਆਂ ਸਾਫ਼ ਕਰੋ, ਅੰਤੜੀਆਂ ਦੇ ਕੈਂਸਰ ਤੋਂ ਬਚ ਜਾਓਗੇ, ਨੀਂਦ ਦੇ ਪ੍ਰੋਬਲਮ ਤੋਂ ਬਚ ਜਾਓਗੇ. ਨੀਂਦ ਨਹੀਂ ਆਏਗੀ ਤਾਂ ਤੁਹਾਨੂੰ ਸ਼ੂਗਰ ਹੋਏਗੀ ਹੋਏਗੀ. ਅੱਛਾ, ਤੁਸੀਂ ਪੇਟ ਸਾਫ਼ ਕਰਨ ਦਾ ਆਸਾਨ ਤਰੀਕਾ ਕੀ ਹੈ? ਤੁਸੀਂ ਰਾਤ ਨੂੰ, ਜਿਹਨੂੰ ਸ਼ੂਗਰ ਨਹੀਂ ਹੈਗੀ, ਰਾਤ ਨੂੰ 5 ਖਜੂਰਾਂ 1 ਗਲਾਸ ਪਾਣੀ 'ਚ ਭਿਓ ਦਿਓ, ਵਿੱਚ ਇੰਨੀ ਕੁ ਸੌਗੀ ਪਾ ਦਿਓ, ਵਿੱਚ ਇੰਨੇ ਕੁ 8-10 ਬਦਾਮ ਪਾ ਦਿਓ ਪਾਣੀ 'ਚ, ਪਾਣੀ 'ਚ, ਵਿੱਚ ਇੰਨੀ ਕੁ ਚੁਟਕੀ ਪੋਪੀ ਸੀਡਸ ਆਪਣੇ ਜਿਹੜੇ ਖਸਖਸ ਉਹ ਪਾ ਦਿਓ, ਅਤੇ ਇਹਨੂੰ ਤਿਲ ਪਾ ਦਿਓ 1 ਚਮਚਾ 1-1.5 ਗਲਾਸ ਪਾਣੀ 'ਚ. ਇਹਨੂੰ ਸੁਬਾਹ ਉੱਠ ਕੇ ਸਾਰੇ ਨੂੰ ਗ੍ਰਾਇੰਡ ਕਰਕੇ ਪੀ ਲਓ, ਨੋਰਮਲ ਪਾਣੀ 'ਚ ਪੀਓ, ਸਮੂਦੀ ਬਣਾ ਲਓ, ਉਹਦੀ ਸਮੂਦੀ ਬਣਾ ਦਿਓ, ਕੋਈ ਮਿੱਠਾ ਨਹੀਂ ਪਾਉਣਾ. ਤੁਸੀਂ ਦੇਖਣਾ ਤੁਹਾਡਾ ਪੇਟ 1 ਘੰਟੇ ਦੇ ਅੰਦਰ ਅੰਦਰ ਇੰਝ ਸਾਫ਼ ਹੋਏਗਾ ਕਿ ਤੁਹਾਨੂੰ ਦੌੜ ਕੇ ਜਾਣਾ ਪਏਗਾ. ਅੱਛਾ, ਫਿਰ ਜਿਹੜੇ ਮਲਟੀਵਿਟਾਮਿਨਸ ਖਾਂਦੇ ਹੋ ਤੁਸੀਂ ਇੰਨੇ ਸਾਰੇ, ਜਿਹੜੇ ਸਟਮਕ 'ਚ ਜਾਣੇ ਔਰ ਸਟਮਕ ਨੂੰ ਹੀ ਨੁਕਸਾਨ ਦੇਣਾ ਉਹਨਾਂ ਨੇ, ਉਹਦੇ ਤੋਂ ਜਾਨ ਛੁੱਟ ਜਾਏਗੀ. ਮਲਟੀਵਿਟਾਮਿਨਸ ਦੀ ਜ਼ਰੂਰਤ ਹੀ ਨਹੀਂ. ਇਸ ਤੋਂ ਵੱਡਾ ਮਲਟੀਵਿਟਾਮਿਨ ਕਿਹੜਾ? ਖਜੂਰ 'ਚ ਹਰ ਚੀਜ਼ ਮੌਜੂਦ ਹੈ, ਪੋਟਾਸ਼ੀਅਮ, ਮੈਗਨੇਸ਼ੀਅਮ, ਹਰ ਚੀਜ਼ ਮੌਜੂਦ ਹੈ ਖਜੂਰ 'ਚ. ਤੁਹਾਡੀਆਂ ਹੱਡੀਆਂ ਸਟਰੋਂਗ ਕਰੇਗੀ, ਤੁਹਾਡੇ ਦਿਮਾਗ ਨੂੰ ਸਟਰੋਂਗ ਕਰੇਗੀ, ਮਸਲ ਰਿਲੈਕਸੈਂਟ ਹੈ, ਨੀਂਦ ਬੜੀ ਅੱਛੀ ਆਏਗੀ ਉਸ ਰਾਤ. ਫਿਰ ਤੁਸੀਂ ਓਲਿਵ ਆਇਲ ਨੂੰ ਰੱਖੋ ਆਪਣੀ ਲਾਈਫ 'ਚ. 1 ਚਮਚ ਓਲਿਵ ਆਇਲ ਰਾਤ ਨੂੰ ਪੀਣ ਵਾਲਿਆਂ ਨੂੰ ਇਸ ਤਰ੍ਹਾਂ ਨੀਂਦ ਆਉਂਦੀ ਜਿਹੜੀ ਤੁਸੀਂ ਕਹਿੰਦੇ ਸੀ ਘੋੜੇ ਖਰੀਦ ਕੇ ਘੋੜੇ ਵੇਚ ਕੇ, ਉਹ ਇੰਨੀ ਡੀਪ ਸਲੀਪ ਆਏਗੀ. ਕਹਿੰਦਾ ਬਾ ਬੇਫਿਕਰੀ ਵਾਲੀ ਵੀ ਘੋੜੇ ਵੇਚਤੇ, ਹੁਣ ਵਿਹਲੇ ਹੋ ਗਏ, ਹੁਣ ਕੋਈ ਟੈਨਸ਼ਨ ਨਹੀਂ. ਇਹ ਤਾਂ ਘੋੜਿਆਂ ਦੀ ਟੈਨਸ਼ਨ ਹੀ ਹੁੰਦੀ ਹੈ, ਉਹਨੇ ਕਿਹੜਾ ਕੁਛ ਦੇਣਾ ਹੁੰਦਾ, ਉਹਦੀ ਲਿੱਦ ਵੀ ਚੁੱਕਣੀ, ਉਹਨੂੰ ਖਾਣ ਨੂੰ ਵੀ ਦੇਣਾ, ਫਿਕਰ ਹੀ ਹੁੰਦਾ ਨਾ. ਉਹ ਕਹਿੰਦਾ ਵੀ ਵੇਚਦੇ ਘੋੜੇ, ਹੁਣ ਨੀਂਦਰਾਂ ਮੁੱਕ ਗਈਆਂ, ਹੁਣ ਸੌਂ ਜਾਓ ਬਸ. ਹਾਂ, ਸੋ ਕੁੱਲ ਮਿਲਾ ਕੇ ਨੀਂਦ ਦੀ ਗੱਲ ਇੱਥੇ ਆ ਕੇ ਮੁੱਕਦੀ ਆ? ਹਾਲੇ ਨਹੀਂ ਮੁੱਕੀ, ਹਾਲੇ ਬਹੁਤ ਸਾਰੇ ਪਈ ਆ. ਸਿੱਧੇ ਸੌਣਾ ਨਹੀਂ ਚਾਹੀਦਾ, ਤੁਹਾਡਾ ਟਾਈਮ ਤਾਂ ਨਹੀਂ ਹੋ ਗਿਆ ਕਿਤੇ? ਟਾਈਮ ਤਾਂ ਟਿਕ ਟਿਕ ਨਾਲ ਚੱਲ ਰਹੀ ਹੈ, ਕੋਈ ਨਹੀਂ, ਤੁਸੀਂ ਲਾਓ ਦੋ. ਚਲੋ ਕੋਈ ਨਹੀਂ, ਫਿਰ ਅਗਲੀ ਵਾਰੀ ਤਾਂ ਇੱਕ ਹੋਰ ਪ੍ਰੋਗਰਾਮ ਇਹਦੇ 'ਤੇ ਕਰ ਲਓ. ਸਿੱਧੇ ਨਹੀਂ ਸੌਣਾ ਤੁਸੀਂ, ਜਿਹੜੇ ਸਟ੍ਰੇਟ ਸੌਂਦੇ ਨੇ ਉਹਨਾਂ ਨੂੰ ਵੀ ਅਕਸਰ ਨੀਂਦ ਨਹੀਂ ਆਉਂਦੀ. ਅੱਛਾ, ਥੋੜ੍ਹਾ ਕਰਵਟ ਲੈ ਕੇ ਸੱਜੇ ਪਾਸੇ ਕਰਵਟ ਲੈ ਕੇ, ਮੂੰਹ ਸਿੱਧਾ ਤਾਂ ਨੂੰ ਕਰਕੇ ਨਹੀਂ ਸੌਣਾ, ਤੇ ਪੁੱਠਾ ਵੀ ਕਰਕੇ ਕੀ ਸੌਂਦੇ? ਉਹ ਵੀ ਨਹੀਂ ਸੌਣਾ, ਉਹ ਵੀ ਐਵੇਂ ਹੀ ਆ ਜਿਵੇਂ ਤੁਸੀਂ ਸਿੱਧੇ ਸੁੱਤੋ, ਇੱਕੋ ਹੀ ਗੱਲ ਆ. ਅੱਛਾ, ਸਿੱਧਾ ਪੁੱਠਾ ਇੱਕ ਬਰਾਬਰ ਹੀ ਆ? ਇੱਕੋ ਬਰਾਬਰ. ਇਹ ਟੇਢੇ ਸੌਣਾ ਇਦਾਂ? ਟੇਢੇ ਸੌਣਾ, ਸੱਜੇ ਪਾਸੇ ਸੌਣਾ ਤਾਂ ਜ਼ਿਆਦਾ ਅੱਛਾ. ਵੈਸੇ ਤਾਂ ਜਿੱਧਰ ਮਰਜ਼ੀ ਸੌਵੋ, ਯਾਨੀ ਸਟਾਰਟ 'ਚ ਤੁਸੀਂ ਆਪਣੇ ਸੱਜੇ ਪਾਸੇ ਸੌਵੋ, ਰਾਈਟ ਸਾਈਡ 'ਤੇ. ਓਕੇ, ਬੜੀ ਡੀਪ ਸਲੀਪ ਆਏਗੀ. ਫਿਰ ਤੁਸੀਂ ਸਾਰੇ ਦਿਨ ਜਦੋਂ ਸੌਣ ਲੱਗਿਆ ਨਾ, ਸਾਰੀ ਦੁਨੀਆ 'ਤੇ ਜਿੰਨੇ ਲੋਕ ਆ ਉਹਨਾਂ ਨੂੰ ਮਾਫ਼ ਕਰਕੇ ਸੌਣਾ. ਤੁਹਾਡੇ ਜਾਣਨ ਵਾਲੇ ਆ ਜਾਂ ਨਹੀਂ ਜਾਣਨ ਵਾਲੇ, ਤੁਹਾਡਾ ਉਹਨਾਂ ਨੇ ਕੋਈ ਨੁਕਸਾਨ ਕੀਤਾ ਜਾਂ ਤੁਹਾਨੂੰ ਬੁਰਾ ਬੋਲਿਆ ਜਾਂ ਤੁਹਾਡਾ ਦਿਲ ਦੁਖਾਇਆ, ਤੁਸੀਂ ਕਹਿਣਾ ਯਾ ਅੱਲਾ ਮੈਂ ਸਾਰਿਆਂ ਨੂੰ ਮਾਫ਼ ਕਰਤਾ, ਜੋਗਰਾਜ ਜੀ ਨੇ ਅੱਜ ਮੈਨੂੰ ਗਾਲਾਂ ਕੱਢੀਆਂ ਸੀ, ਮਾਫ਼ ਕਰਤਾ, ਡਾਕਟਰ ਮੁਰਤਜ਼ਾ ਨੇ ਮੇਰੇ ਕੋਲ ਬਹੁਤੇ ਪੈਸੇ ਲਏ ਸੀ, ਮੈਂ ਮਾਫ਼ ਕਰਤਾ, ਫਲਾਨੇ ਨੇ ਇਹ ਕੀਤਾ ਸੀ, ਮੈਂ ਮਾਫ਼ ਕਰਤਾ, ਮੈਂ ਸਾਰਿਆਂ ਨੂੰ ਮਾਫ਼ ਕਰਤਾ, ਹੁਣ ਤੂੰ ਮੈਨੂੰ ਮਾਫ਼ ਕਰ. ਕਿਆ ਬਾਤ, ਚਲ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ.
ਮਾਫੀ ਮੈਂ ਵੀ ਚਾਹੁੰਦਾ ਕਿਉਂਕਿ ਸਮਾਂ ਪੂਰਾ ਹੋ ਗਿਆ ਤੇ ਅਗਲੀ ਗੱਲਬਾਤ ਜਿਹੜੀ ਅਗਲੇ ਪ੍ਰੋਗਰਾਮ ਚ ਆਪਾਂ ਜਰੂਰ ਨਾਲ ਤੋਰਾਂਗੇ। ਤੁਹਾਡਾ ਅੱਜ ਲਈ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਧੰਨਵਾਦ। ਸੋ ਭਾਈ ਕੁੱਲ ਮਿਲਾ ਕੇ ਗੱਲ ਨੀਂਦ ਦੀ ਹੁੰਦੀ ਸੀ, ਇਹ ਬਹੁਤ ਜ਼ਰੂਰੀ ਆ ਜੇ ਨਹੀਂ ਕਿਸੇ ਦੀ ਨੀਂਦ ਠੀਕ ਤੇ ਜਿੰਨੀਆਂ ਗੱਲਾਂ ਦੱਸੀਆਂ ਨੇ ਉਹਨਾਂ 'ਚੋਂ ਇੱਕ ਵੀ ਤੁਹਾਡੇ ਫਿੱਟ ਬਹਿ ਗਈ ਤੁਹਾਡੀ ਨੀਂਦ ਠੀਕ ਹੋ ਜੂਗੀ, ਜੇ ਰਾਤ ਠੀਕ ਹੋ ਗਈ ਨੀਂਦ ਤਾਂ ਦਿਨ ਤੁਹਾਡਾ ਆਟੋਮੈਟਿਕਲੀ ਠੀਕ ਹੋ ਜਾਣਾ ਨਾਲ। ਸੋ ਸਾਨੂੰ ਇੱਥੇ ਤੋਂ ਆ ਗਿਆ, ਬਾਕੀ ਜੇ ਕੋਈ ਤੁਹਾਡੀ ਗੱਲਬਾਤ ਸਵਾਲ ਕਰਨੇ ਤੁਸੀਂ ਡਾਕਟਰ ਸਾਹਿਬ ਉਹਨਾਂ ਦੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਮੈਨੂੰ ਜੋਗਰਾਜ ਸਿੰਘ ਕਾਲੋਂ ਦੇ ਆ ਗਿਆ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।